ਇੱਥੇ ਆ ਜਾਣਾ, ਇਹ ਫਿਰ ਬਿਠਾਉਣਗੇ ਆਪਾਂ। ਕਿਸਾਨ ਵੀਰੋ ਅਤੇ ਭੈਣੋ, ਜੈ ਹਿੰਦ। ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ। ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਵੱਖ ਵੱਖ ਦਿਨਾਂ 'ਚ ਵੱਖ ਵੱਖ ਵਿਸ਼ਿਆਂ 'ਤੇ ਵੱਖ ਵੱਖ ਮਾਹਰਾਂ ਨਾਲ ਗੱਲਬਾਤ ਕਰਦੇ ਹੀ ਰਹਿੰਦੇ ਹਾਂ। ਅੱਜ ਵੀ ਅਸੀਂ ਇਸੇ ਸੰਬੰਧ 'ਚ ਹਰਪ੍ਰੀਤ ਜੀ, ਬੱਲੇ ਬੱਲੇ ਬੱਲੇ, ਜੈ ਹਿੰਦ ਜੀ, ਜੈ ਹਿੰਦ ਜੀ, ਜੈ ਹਿੰਦ। ਵਾਹ ਜੀ ਵਾਹ ਵਾਹ, ਡਾਕਟਰ ਸਾਹਿਬ ਜੈ ਹਿੰਦ ਜੀ, ਕਿਆ ਬਾਤ ਹੈ, ਬੈਠੋ ਬੈਠੋ। ਬੈਠੇ ਜੀ, ਬੈਠੋ ਬੈਠੋ। ਵਾਹ ਵਾਹ, ਹੋਰ ਸੁਣਾਓ? ਵਧੀਆ ਮਿੱਠਾ ਸਿੰਘ ਜੀ, ਵਧੀਆ। ਹੋਰ ਡਾਕਟਰ ਸਾਹਿਬ? ਵਧੀਆ ਜੀ, ਵਧੀਆ, ਠੀਕ ਠਾਕ। ਹਾਂਜੀ, ਮੌਸਮ ਬਦਲ ਗਿਆ ਥੋੜ੍ਹਾ, ਹੈ ਮੌਸਮ ਬਦਲ ਗਿਆ, ਦੋ ਦਿਨਾਂ ਨਾਲ ਕੁਛ ਬਦਲਿਆ, ਪਿਆ ਪਿਆ ਫਰਕ ਪਿਆ। ਦੇਖੋ ਗੱਲ ਇਹ ਹੈ ਕਿ ਅਸੀਂ ਤਾਂ ਅਰਦਾਸ ਕਰ ਸਕਦੇ ਹਾਂ ਜੀ ਜੀ ਜੀ, ਬਾਕੀ ਕਰੇ ਕਰਾਵੇ ਆਪੋ ਉਹਦੇ ਹੱਥ ਆ। ਔਰ ਮਿੱਠਾ ਸਿੰਘ ਜੀ, ਨਾਲ ਜਿਹੜਾ ਕੁਛ ਮਨੁੱਖ ਜਿਹੜਾ ਨਾ, ਉਹਨੂੰ ਵੀ ਆਪਣਾ ਯੋਗਦਾਨ ਪਾਉਣਾ ਬਣਦਾ, ਬਹੁਤ ਬਣਦਾ। ਇਹ ਮੈਂ ਗੱਲ ਤੁਹਾਡੇ ਨਾਲ ਅੱਜ ਕਰਨੀ ਵੀ ਸੀ, ਤੁਸੀਂ ਪਹਿਲੇ ਡਾਕਟਰ ਸਾਹਿਬ ਨਾਲ ਜਾਣ ਪਛਾਣ ਕਰਾ ਛੱਡੋ, ਫਿਰ ਆਪਾਂ ਸਿਲਸਿਲਾ ਸ਼ੁਰੂ ਕਰ ਜੀ। ਡਾਕਟਰ ਸਾਹਿਬ ਦਾ ਨਾਂ ਹੀ ਡਾਕਟਰ ਪੁਨੀਤ ਮਲਹੋਤਰਾ ਜੀ ਜੀ ਜੀ, ਅਤੇ ਜਿਹੜੀ ਲੁਧਿਆਣੇ ਆਪਣੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ ਆ ਜੀ ਜੀ, ਉੱਥੇ ਇੱਕ ਡਾਇਰੈਕਟੋਰੇਟ ਆਫ ਲਾਈਵ ਸਟਾਕ ਫਾਰਮ ਹੈ ਜੀ, ਜਿੱਥੇ ਪਸ਼ੂ ਧਨ ਜਿਹੜਾ ਵੱਖੋ ਵੱਖਰੇ ਇਹਨਾਂ ਨੇ ਫਾਰਮ ਬਣਾਏ ਹੋਏ ਆ। ਅੱਛਾ, ਅਤੇ ਡਾਕਟਰ ਸਾਹਿਬ ਉੱਥੇ ਡੇਅਰੀ ਫਾਰਮ ਜਿਹੜਾ ਨਾ, ਉਹਦੀ ਸੇਵਾ ਸੰਭਾਲ ਇਹਨਾਂ ਦੇ ਜ਼ਿੰਮੇ ਆ, ਅਤੇ ਪ੍ਰੋਫੈਸਰ ਦੇ ਤੌਰ 'ਤੇ ਸੇਵਾ ਨਿਭਾ ਰਹੇ ਆ, ਅਤੇ ਬਾਕੀ ਇਹਨਾਂ ਦਾ ਨਸਲ ਸੁਧਾਰ ਦਿੱਤੇ ਬੜਾ ਕੰਮ ਜੀ। ਕਿਆ ਬਾਤ ਹੈ, ਬੜਾ ਮੁੱਖ ਕੀਤਾ ਅੱਜ ਕੱਲ੍ਹ ਸਾਡੇ ਕਿਸਾਨ ਵੀਰਾਂ ਦਾ, ਪਸ਼ੂ ਜਿਹੜੇ ਪਾਲਕ ਨੇ ਸਾਡੇ, ਮੁੱਖ ਕੀਤਾ ਪਸ਼ੂ ਪਾਲਣਾ, ਬਿਲਕੁਲ ਹੈਗਾ ਜੀ, ਹੈ ਨਾ। ਕਰਦੇ ਹਾਂ ਫਿਰ ਇਹਨਾਂ ਨਾਲ ਗੱਲਬਾਤ। ਬਾਕੀ ਜਿਹੜੀ ਤੁਸੀਂ ਗੱਲਬਾਤ ਕੀਤੀ ਆ, ਬਈ ਇਹ ਵਾਤਾਵਰਨ ਜਿਹੜਾ ਡਾਵਾਂਡੋਲ ਹੁੰਦਾ ਕਦੀ ਕਦੀ ਜੀ ਜੀ, ਹੈ ਨਾ, ਕਦੇ ਤਾਂ ਦੇਖੋ ਤੁਸੀਂ ਤਾਪਮਾਨ ਕਿੰਨਾ ਹੀ ਵੱਧ ਜਾਂਦਾ, ਕਦੇ ਯਕਦਮ ਘੱਟ ਜਾਂਦਾ। ਇਹ ਪਹਿਲਾਂ ਨਹੀਂ ਸੀ ਹੁੰਦਾ, ਨਹੀਂ ਸੀ ਹੁੰਦਾ, ਪਹਿਲਾਂ ਦਿਨ ਮਹੀਨੇ ਮਿੱਥੇ ਹੁੰਦੇ ਸੀ ਜੀ ਜੀ ਜੀ, ਵੀ ਇਹਨੇ ਦਿਨਾਂ 'ਚ ਇੰਨੀ ਕੋਈ ਗਰਮੀ ਪੈਣੀ ਆ, ਇਹਨਾਂ ਦਿਨਾਂ 'ਚ ਬਾਰਿਸ਼ਾਂ ਆ ਜਾਣੀਆਂ ਵਾ, ਫਿਰ ਇਹਨਾਂ ਦਿਨਾਂ 'ਚ ਬਹਾਰ ਆ ਜਾਣੀ, ਪੱਤਝੜ ਤੋਂ ਬਾਅਦ ਬਹਾਰ ਆ ਜਾਣੀ ਆ, ਫਿਰ ਠੰਡ ਸ਼ੁਰੂ ਹੋ ਜਾਣੀ ਆ, ਇਹ ਮਿੱਥਿਆ ਹੁੰਦਾ ਸੀ, ਸਹਿਜ ਮਤੇ ਵਾਲਾ ਜਿਹਾ ਮੌਸਮ ਚੱਲਦਾ ਸੀਗਾ, ਇੰਜ ਹੀ ਨਹੀਂ ਸੀ ਟਬੂਸੀਆਂ ਮਾਰਦਾ। ਇਹ ਹੁਣ ਅਸੀਂ ਕਹਿ ਤਾਂ ਦਿੰਦੇ ਹਾਂ ਵੀ ਕੁਦਰਤ ਕਰਦੀ ਆ ਜੋ ਕਰਦੀ ਆ, ਕੁਦਰਤ ਦਾ ਜਿਹੜਾ ਕਰਨਾ ਵਾ ਉਹ ਉਸੇ ਤਰੀਕੇ ਨਾਲ ਹੀ ਆ, ਇਹ ਜਿਹੜਾ ਫਰਕ ਪਿਆ ਇਹ ਸਾਡੇ ਨਾਲ ਹੀ ਪਿਆ, ਇਹ ਤੁਹਾਡੀ ਗੱਲ ਬਿਲਕੁਲ ਸਹੀ ਜੀ, ਆਪਾਂ ਖਿਲਵਾੜ ਵੀ ਤਾਂ ਆਪਾਂ ਹੀ ਕਰ ਰਹੇ ਹਾਂ ਕੁਦਰਤ ਦੇ ਨਾਲ, ਉਸੇ ਉਹੀ ਗੱਲ ਆ ਵੀ ਇਹ ਜਿਹੜਾ ਯਕਦਮ ਜਿਹਾ ਫਰਕ ਪੈ ਜਾਂਦਾ, ਇਹ ਕੁਦਰਤ ਦਾ ਕਸੂਰ ਨਹੀਂ ਹੈਗਾ ਜੀ, ਇਹ ਸਾਡਾ ਕਸੂਰ ਹੈ, ਕਿਉਂਕਿ ਅਸੀਂ ਆਪਣਾ ਵਾਤਾਵਰਨ ਰੱਖਿਆ ਹੀ ਨਹੀਂ ਚਾਹੁੰਦੇ, ਨਹੀਂ ਰੱਖਿਆ ਜੀ, ਨਹੀਂ ਰੱਖਿਆ। ਜਦੋਂ ਤੁਸੀਂ ਕਹਿੰਦੇ ਹੋ ਕਿ ਇਹ ਇੱਕੋ ਸਾਰ ਦਾ ਚੱਲਦਾ ਸੀ, ਉਦੋਂ ਕਿੰਨੇ ਪੇੜ ਹੁੰਦੇ ਸੀ, ਕਿੰਨੀ ਵਾਤਾਵਰਨ ਸੀ, ਕਿੰਨੀ ਕੁ ਪ੍ਰਦੂਸ਼ਣ ਸੀ, ਬਿਮਾਰੀਆਂ ਨਹੀਂ ਸੀ ਹੁੰਦੀਆਂ, ਨਹੀਂ ਸੀ ਹੁੰਦੀਆਂ। ਹੁਣ ਤੇ ਤੁਸੀਂ ਵੇਖੋ ਹਰ ਘਰ ਦੇ ਵਿੱਚ ਦੋ ਜੀ ਬਿਮਾਰ ਆ ਜੀ। ਫਿਰ ਮਿੱਠਾ ਸਿੰਘ ਜੀ, ਮੈਂ ਕਈ ਵਾਰੀ ਸੋਚਦਾ ਜਦੋਂ ਨਲਕੇ ਸੀ ਨਾ, ਪਾਣੀ ਦੀ ਦੁਰਵਰਤੋਂ ਹੈ ਹੀ ਨਹੀਂ ਸੀ, ਨਾ ਬਿਲਕੁਲ ਨਹੀਂ, ਗੇੜ ਕੇ ਲਿਆਉਣਾ ਪੈਂਦਾ, ਜ਼ੋਰ ਲੱਗਦਾ ਸੀ ਨਾ, ਹਾਂ। ਹੁਣ ਟੂਟੀ ਛੱਡ ਦਿੰਦੇ ਆ, ਫਿਰ ਅੱਜ ਕੱਲ੍ਹ ਮੈਂ ਵੇਖਦਾ ਸਵੇਰੇ ਸੈਰ ਕਰਦੇ ਆ ਵੀ ਲੋਕਾਂ ਨੇ ਮੋਟਰ ਦੀ ਜਿਹੜੀ ਆ ਉਹ ਛੱਡੀ ਹੁੰਦੀ ਆ,
ਪਾਣੀ ਵਗੀ ਤੁਰੀ ਜਾਂਦਾ ਹੈ, ਕਿਸੇ ਨੂੰ ਪਰਵਾਹ ਹੀ ਕੋਈ ਨਹੀਂ। ਅੱਛਾ, ਕਈਆਂ ਨੇ ਨਾ ਜੀ ਉਹ ਮੋਟਰ ਦੇ ਉੱਤੇ ਇੱਕ ਮਸ਼ੀਨ ਜੀ ਲਵਾਈ ਹੈ ਜਿਹੜੀ ਦੱਸਦੀ ਆ ਵੀ ਟੈਂਕੀ ਭਰ ਗਈ। ਹਾਂ, ਉਹ ਬੋਲੀ ਜਾਂਦੀ ਆ, ਫਿਰ ਵੀ ਨਹੀਂ ਪਤਾ ਲੱਗਦਾ, ਨਹੀਂ ਪਤਾ ਲੱਗਦਾ ਮੈਨੂੰ ਫਿਰ ਉਹ ਲਵਾਈ ਕਿਉਂ। ਮੈਨੂੰ ਕਈਆਂ ਦਾ ਬੂਹਾ ਖੜਕਾ ਕੇ ਦੱਸਣਾ ਪੈਂਦਾ ਵੀ ਭਰ ਗਈ ਜੇ ਬੰਦ ਕਰ ਲਓ ਹੁਣ। ਇਹ ਹਾਲਤ ਇਹ ਆਪਣੇ ਪਿੰਡ ਵੀ ਇੱਕ ਦੋ ਬੰਦੇ ਹੈਗੇ ਇਹਦੇ, ਸਵੇਰੇ ਜੀ ਦਾਤਨ ਲੈ ਕੇ ਨਿਕਲ ਜਾਂਦੇ ਆ ਨਾ ਜਦੋਂ ਬਾਹਰ ਨੂੰ, ਫਿਰ ਉਹਨਾਂ ਦਾ ਬਾਹਰ ਖੜਕਾਈ ਦਾ ਜੀ, ਉਹ ਭਾਈ ਆ ਤੁਸੀਂ ਆਪ ਹੀ ਲਵਾਈ ਆ ਤੇ ਆਪ ਹੀ ਨਹੀਂ ਸੁਣਦੇ ਪਏ ਆ, ਬੰਦ ਕਰ ਦਿਓ ਟੈਂਕੀ ਭਰ ਗਈ ਜੀ। ਅੱਗੇ ਸਾਹਿਬ ਜੀ, ਅਸੀਂ ਇਹੋ ਜਿਹੀਆਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੈ ਜੇ ਉਹਨਾਂ ਦਾ ਖਿਆਲ ਰੱਖ ਲਈਏ ਨਾ ਤਾਂ ਬਹੁਤ ਸਾਡੀ ਬੱਚਤ ਹੋ ਸਕਦੀ ਹੈ। ਇੱਕ ਆ ਕਾਰਾਂ ਜਿਹੜੀਆਂ ਪਾਈਪਾਂ ਲਾ ਕੇ ਧੋਣ ਲੱਗ ਪੈਂਦੀਆਂ ਸਵੇਰੇ ਸਵੇਰੇ, ਇਹ ਆਪਣੇ ਪਿੰਡਾਂ 'ਚ ਤਾਂ ਚਲੋ ਇੰਨਾ ਰਿਵਾਜ਼ ਨਹੀਂ ਹੈਗਾ ਜੀ, ਇਹ ਸ਼ਹਿਰਾਂ 'ਚ ਬਹੁਤ ਹੈ ਜੀ ਜੀ, ਹੈ ਨਾ। ਅਤੇ ਮੈਂ ਪਿੱਛੇ ਜੇ ਗਿਆ ਸੀ ਸ਼ਹਿਰ 'ਤੇ, ਇੱਕ ਬੀਬੀ ਹੈ ਅੱਧੇ ਪਾਈਪ ਨਾਲ ਥਾਂ ਤੋਂ, ਮੈਂ ਕਿਹਾ ਬੀਬੀ ਆ ਦੇਖ ਤੂੰ ਪਾਣੀ ਜਿਹੜਾ ਵੇਸਟ ਕਰਦੀ ਪਈ ਆ, ਆਂਦੀ ਆਪਣਾ ਭਾਈਆ ਮੈਂ ਵੇਸਟ ਨਹੀਂ ਕਰਦੀ ਵੀ, ਮੈਂ ਤਾਂ ਜਗ੍ਹਾ ਸਾਫ਼ ਕਰਦੀ, ਠੰਡੀ ਕਰਦੀ ਆ। ਉਹਨੂੰ ਦੱਸਣਾ ਸੀ ਵੀ ਇਹ 20 ਰੁਪਈਆਂ ਦੀ ਬੋਤਲ ਮਿਲਣੀ ਮੁੜ ਕੇ ਦਿਨ। ਅੱਛਾ ਚਲੋ, ਅਸੀਂ ਤਾਂ ਇਹੋ ਹੀ ਕਹਿੰਦੇ ਹਾਂ ਜੀ, ਵਾਤਾਵਰਨ ਜਿਹੜਾ ਸਾਫ਼ ਸੁਥਰਾ ਵਧੀਆ ਹੋਣਾ ਚਾਹੀਦਾ। ਭਾਅ ਆਏ ਆ ਮੰਡੀਆਂ 'ਤੇ, ਸੁਣਾਓ ਜੀ। ਆਲੂ ਵੀ ਕਿਹਾ ਜਲੰਧਰ 400 ਰੁਪਏ ਕੁਇੰਟਲ, ਅੰਮ੍ਰਿਤਸਰ 600 ਰੁਪਈਏ, ਫਾਜ਼ਿਲਕਾ 1200 ਰੁਪਈਏ, ਪਟਿਆਲਾ 1100 ਰੁਪਈਏ, ਰਈਆ ਅਤੇ ਅਹਿਮਦਗੜ੍ਹ ਮੰਡੀ 1300 ਰੁਪਈਏ। ਠੀਕ ਹੈ ਜੀ। ਪਿਆਜ਼ ਅੱਜ ਵਿਕਿਆ ਜੀ ਜਲੰਧਰ 1700 ਰੁਪਈਏ, ਅੰਮ੍ਰਿਤਸਰ 1200 ਰੁਪਈਏ, ਫਾਜ਼ਿਲਕਾ 2500 ਰੁਪਈਏ, ਪਟਿਆਲਾ 2000, ਰਈਆ 2500 ਅਤੇ ਅਹਿਮਦਗੜ੍ਹ 2000 ਜੀ। ਟਮਾਟਰ ਵਾਹ 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 ਮਿਲਣਾ ਸ਼ੁਰੂ ਹੋ ਗਿਆ ਜੀ ਹੁਣ ਜੀ। ਜਲੰਧਰ 1900 ਰੁਪਈਏ, ਅੰਮ੍ਰਿਤਸਰ 2000 ਰੁਪਈਏ, ਫਾਜ਼ਿਲਕਾ 2500 ਰੁਪਈਏ, ਪਟਿਆਲਾ 1900 ਰੁਪਈਏ, ਰਈਆ 3500 ਰੁਪਈਏ ਅਤੇ ਅਹਿਮਦਗੜ੍ਹ 2400 ਰੁਪਈਏ। ਠੀਕ ਹੈ ਜੀ। ਬੈਂਗਣ ਅੱਜ ਵਿਕਿਆ ਜਲੰਧਰ 900 ਰੁਪਈਏ, ਅੰਮ੍ਰਿਤਸਰ 1000 ਰੁਪਈਏ, ਫਾਜ਼ਿਲਕਾ 1500 ਰੁਪਈਏ, ਪਟਿਆਲਾ 2300 ਰੁਪਈਏ, ਰਈਆ 3200 ਰੁਪਈਏ ਅਤੇ ਮੰਡੀ ਅਹਿਮਦਗੜ੍ਹ 2000 ਰੁਪਈਏ ਕੁਇੰਟਲ ਜੀ। ਅਤੇ ਮਟਰ ਜਲੰਧਰ ਵਿਕਿਆ 1700 ਰੁਪਈਏ ਕੁਇੰਟਲ। ਠੀਕ ਹੈ ਜੀ। ਅੰਮ੍ਰਿਤਸਰ 2000 ਰੁਪਈਏ, ਫਾਜ਼ਿਲਕਾ 2500 ਰੁਪਈਏ, ਪਟਿਆਲਾ 2300 ਰੁਪਈਏ, ਰਈਆ 3300 ਰੁਪਈਏ ਅਤੇ ਮੰਡੀ ਅਹਿਮਦਗੜ੍ਹ 2500 ਰੁਪਈਏ ਕੁਇੰਟਲ ਦੇ ਹਿਸਾਬ ਨਾਲ ਮਟਰ ਦੀ ਗਿਆ। ਠੀਕ ਹੈ ਜੀ। ਇਹ ਤਾਂ ਸੀ ਜੀ ਮੰਡੀਆਂ ਦੇ ਭਾਅ ਜੀ। ਹੁਣ ਜਿਵੇਂ ਤੁਸੀਂ ਡਾਕਟਰ ਸਾਹਿਬ ਦੇ ਬਾਰੇ ਜਾਣ ਪਛਾਣ ਕਰਾਈ ਆ ਤੇ ਡਾਕਟਰ ਸਾਹਿਬ ਨਾਲ ਫਿਰ ਕਰਦੇ ਆ ਸ਼ੁਰੂ ਕਰ, ਬਿਲਕੁਲ ਜਿਹੜੀ ਵੀ ਕਰਨੀ ਆ ਬਿਲਕੁਲ ਡਾਕਟਰ ਸਾਹਿਬ ਨਾਲ। ਅੱਜ ਜਿਹੜੀ ਸੀ ਜਿਹੜੀ ਗੱਲਬਾਤ ਕਰਾਂਗੇ ਉਹਦਾ ਵਿਸ਼ਾ ਫਿਰ ਇੱਦਾਂ ਹੈ ਬਈ ਨਸਲ ਸੁਧਾਰ 'ਚ ਪਰਖੇ ਗਏ ਸਾਣ ਜੀ ਜਾਂ ਝੋਟੇ ਦੀ ਵਰਤੋਂ। ਠੀਕ ਹੈ ਜੀ। ਠੀਕ ਹੈ ਜੀ, ਹੈ ਨਾ ਜੀ। ਇਸ ਵਿਸ਼ੇ 'ਤੇ ਗੱਲਬਾਤ ਕਰਦੇ ਹਾਂ ਕਿਸਾਨ ਵੀਰੋ ਅਤੇ ਭੈਣੋ, ਤੁਸੀਂ ਜੇ ਸਾਡੇ ਅੱਜ ਦੇ ਵਿਸ਼ੇ 'ਤੇ ਸਵਾਲ ਕਰਨਾ ਚਾਹੁੰਦੇ ਹੋ ਸਾਨੂੰ ਟੈਲੀਫੋਨ ਕਰ ਸਕਦੇ ਹੋ। ਸਾਡਾ ਟੈਲੀਫੋਨ ਨੰਬਰ ਹੈ 0181-281-4261 ਅਤੇ ਸਾਡਾ ਦੂਜਾ ਨੰਬਰ ਹੈ 0181-281-4264। ਇਹਨਾਂ 'ਚੋਂ ਕਿਸੇ ਇੱਕ ਨੰਬਰ 'ਤੇ ਫੋਨ ਕਰੋ, ਡਾਕਟਰ ਪੁਨੀਤ ਜੀ ਬੈਠੇ ਨੇ ਸਾਡੇ ਕੋਲ, ਇਹ ਤੁਹਾਡੇ ਸਵਾਲ ਦਾ ਜਵਾਬ ਦੇਣਗੇ। ਡਾਕਟਰ ਸਾਹਿਬ ਜੀ, ਉਹ ਹਾਂਜੀ ਜਿਵੇਂ ਖਾਸੀਅਤ ਆ ਤੁਹਾਡੀ, ਤੁਹਾਡੀ ਜਿਹੜੀ ਪੜ੍ਹਾਈ ਲਿਖਾਈ ਆ ਜਾਂ ਕੰਮ ਦਾ ਤਜੁਰਬਾ ਜਿਹੜਾ ਉਹ ਨਸਲ ਸੁਧਾਰ ਵੱਲ ਬਹੁਤ ਜ਼ਿਆਦਾ ਆ। ਨਸਲ ਸੁਧਾਰ ਬਾਰੇ ਸਾਨੂੰ ਜੇ ਥੋੜ੍ਹਾ ਚਾਨਣਾ ਪਾਓ, ਇਹ ਤੋਂ ਕੀ ਭਾਵ? ਨਸਲ ਸੁਧਾਰ ਆਪਾਂ ਕੀ ਕਹਿੰਦੇ ਹਾਂ ਕਿ ਜਿਹੜਾ ਵੀ ਆਪਾਂ ਡੈਰੀ ਦਾ ਕਿੱਤਾ ਕਰ ਰਹੇ ਹਾਂ ਉਹਦੇ ਵਿੱਚ ਜਿੰਨੇ ਵੀ ਆਪਣੇ ਲਾਹੇਵੰਦ ਟ੍ਰੇਟ ਹੈ ਉਹਦੇ ਵਿੱਚ, ਜਿਵੇਂ ਦੁੱਧ ਦੀ ਪੈਦਾਵਾਰ ਹੋ ਗਈ, ਇੱਕ ਦਿਨ ਦੀ ਵੱਧੋ ਵੱਧ ਦੁੱਧ ਦੀ ਪੈਦਾਵਾਰ ਹੋ ਗਈ, ਸੂਣ ਮੌਕੇ ਪਸ਼ੂ ਦੀ ਪਹਿਲੇ ਸੂਏ ਸੂਣ ਮੌਕੇ ਉਮਰ ਹੋ ਗਈ, ਜਿਹਨੂੰ ਆਪਾਂ ਏਜ ਐਟ ਫਸਟ ਕਵਿੰਗ ਕਹਿ ਦਿੰਦੇ ਹਾਂ। ਇਹ ਜਿਹੜੀਆਂ ਕੁਛ ਮੁੱਖ ਉਦਾਹਰਨਾਂ ਜਿਹਦੇ ਵਿੱਚ ਆਪਾਂ ਸੁਧਾਰ ਲਿਆਉਣਾ ਚਾਹੁੰਦੇ ਹਾਂ ਕਿ ਜਿਵੇਂ ਸੂਣ ਮੌਕੇ ਪਹਿਲੇ ਸੂਣ ਮੌਕੇ ਉਮਰ ਹੈ ਉਹ ਘੱਟਦੀ ਜਾਵੇ, ਆਪਾਂ ਉਹਨੂੰ ਚਾਹੁੰਦੇ ਹਾਂ ਕਿ ਇਹ ਜਿੰਨੀ ਘੱਟ ਹੋਏਗੀ ਉਨੀ ਪਸ਼ੂ ਛੇਤੀ ਸੂਏਗਾ ਅਤੇ ਉਨੀ ਛੇਤੀ ਉਹ ਦੁੱਧ ਦੀ ਪੈਦਾਵਾਰ 'ਚ ਆਏਗਾ, ਅਤੇ ਜਿੰਨੀ ਦੁੱਧ ਦੀ ਪੈਦਾਵਾਰ ਜ਼ਿਆਦਾ ਹੋਏਗੀ 305 ਦਿਨਾਂ ਦੀ ਉਹਨਾਂ ਉਹਦੀ ਪੈਦਾਵਾਰ ਦੇ ਨਾਲ ਨਾਲ ਉਹਨੂੰ ਮੁਨਾਫਾ ਹੋਏਗਾ ਡੈਰੀ ਕਿਸਾਨ ਨੂੰ, ਅਤੇ ਇੱਕ ਦਿਨ ਦੀ ਵੱਧ ਪੈਦਾਵਾਰ ਨਾਲ ਵੀ
ਉਹਦਾ ਜਿਹੜਾ 305 ਦਿਨਾਂ ਦਾ ਦੁੱਧ ਹੈ ਉਹ ਵੀ ਜ਼ਿਆਦਾ ਹੋਏਗਾ। ਤੇ ਇਹ ਸਾਰੇ ਗੁਣਾਂ ਦੇ ਵਿੱਚ ਜਦੋਂ ਆਪਾਂ ਸੁਧਾਰ ਲਿਆਉਂਦੇ ਹਾਂ, ਇਹਨੂੰ ਆਪਾਂ ਪੰਜਾਬੀ 'ਚ ਇੱਕ ਮੁਹਾਵਰਾ ਦੇ ਦਿੰਦੇ ਹਾਂ ਕਿ ਨਸਲ ਸੁਧਾਰ, ਪੀੜ੍ਹੀ ਦਰ ਪੀੜ੍ਹੀ ਇਹ ਗੁਣਾਂ ਦੇ ਵਿੱਚ ਕਿੰਨਾ ਸੁਧਾਰ ਹੋ ਰਿਹਾ, ਵਾਧਾ ਕਿੰਨਾ ਹੋ ਸਕਦਾ, ਕਿੰਨਾ ਵਾਧਾ ਹੋ ਰਿਹਾ, ਸੁਧਾਰ ਕਿਵੇਂ ਹੋ ਸਕਦਾ। ਕਿਆ ਵਾਧਾ ਆਪਾਂ ਇਕੱਲਾ ਇਸ ਲਈ ਨਹੀਂ ਕਿਹਾ ਕਿ ਜਿਹੜੀ ਸੂਣ ਮੌਕੇ ਪਹਿਲੇ ਸੂਣ ਮੌਕੇ ਉਮਰ ਹੈ ਉਹਦੇ ਵਿੱਚ ਆਪਾਂ ਘਾਟਾ ਚਾਹੁੰਦੇ ਹਾਂ, ਇਸ ਕਰਕੇ ਆਪਾਂ ਸਿਰਫ ਵਰਡ ਯੂਜ਼ ਕੀਤਾ ਸੁਧਾਰ। ਕੁਛ ਗੁਣਾਂ 'ਚ ਅਸੀਂ ਕਹਿੰਦੇ ਹਾਂ ਕਿ ਵਾਧਾ ਹੋਵੇ, ਕੁਛ ਕਹਿੰਦੇ ਹਾਂ ਘੱਟ ਹੋਵੇ, ਸੂਣ ਮੌਕੇ ਉਮਰ ਪਹਿਲਾਂ ਘੱਟ ਹੋਵੇ ਅੱਗੇ ਨਾ ਉਹ ਘੱਟਦੀ ਜਾਵੇ। ਜੀ ਜੀ, ਇਸ ਕਰਕੇ ਅਸੀਂ ਸੁਧਾਰ। ਗੱਲ ਇਹ ਹੈ ਵੀ ਪਸ਼ੂ ਪਾਲਕ ਨੂੰ ਮੁਨਾਫਾ ਹੋਣਾ ਚਾਹੀਦਾ, ਮੁਨਾਫਾ ਹੋਣਾ ਚਾਹੀਦਾ, ਉਹਦੇ ਮੁਨਾਫੇ 'ਚ ਵਾਧਾ ਹੋਣਾ ਚਾਹੀਦਾ, ਉਹ ਹੋਣਾ ਚਾਹੀਦਾ। ਜੀ ਡਾਕਟਰ ਪਨੀਤ ਮਲਹੋਤਰਾ ਜੀ, ਮੈਂ ਨਾ ਐਰਕੀ ਤੁਹਾਡਾ ਮੇਲਾ ਜਿਹੜਾ ਲੱਗਾ ਸੀਗਾ ਮਾਰਚ ਦੇ ਮਹੀਨੇ, ਹਾਂਜੀ ਹਾਂਜੀ, ਮੈਂ ਉੱਥੇ ਗਿਆ ਤੇ ਉੱਥੇ ਫਿਰਦਿਆਂ ਤੁਰਦਿਆਂ ਮੈਂ ਵੇਖਿਆ ਇੱਕ ਨਾ ਬੜਾ ਵਧੀਆ ਪੋਸਟਰ ਬਣਿਆ ਸੀ, ਹਾਂਜੀ, ਉੱਥੇ ਲਿਖਿਆ ਸੀ ਫੀਲਡ ਪ੍ਰੋਜਨੀ ਟੈਸਟਿੰਗ, ਹਾਂਜੀ, ਠੀਕ ਹੈ ਜੀ, ਹਾਂਜੀ। ਉਹ ਮੈਨੂੰ ਡਾਕਟਰ ਸਾਹਿਬ ਨੇ ਥੋੜਾ ਰਹਿਮ ਉਥੋਂ ਮਿੱਠਾ ਸਿੰਘ ਜੀ ਥੋੜੀ ਕਾਹਲੀ ਵੀ ਹੁੰਦੀ ਆ ਜੀ, ਕਹਿੰਦੇ ਵੀ ਇਹ ਜਦੋਂ ਪਸ਼ੂ ਜਿਹੜਾ ਨਾ ਉਹਦੀ ਅੱਗੇ ਅਸੀਂ ਧੀਆਂ ਪੁੱਤ ਜਿਹੜੇ ਵੇਖਦੇ ਹਾਂ, ਹਾਂਜੀ, ਉਹਨਾਂ ਦੇ ਹਿਸਾਬ ਨਾਲ ਕੋਈ ਹਿਸਾਬ ਲੱਗਦਾ ਥੋੜਾ ਜਿਹਾ ਨਸਲ ਸੁਧਾਰ ਦੇ 'ਚ, ਇਹ ਵੀ ਦੱਸੋ ਵੀ ਇਹ ਫੀਲਡ ਪ੍ਰੋਜਨੀ ਟੈਸਟਿੰਗ ਇਹਨੂੰ ਕੀ ਕਹਿੰਦੇ ਤੁਸੀਂ? ਦੇਖੋ ਫੀਲਡ ਪ੍ਰੋਜਨੀ ਟੈਸਟਿੰਗ ਇਹਨੂੰ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਿਹੜਾ ਕੋਈ ਵੀ ਸਰਕਾਰੀ ਸੰਸਥਾ ਹੈ ਜਾਂ ਕੋਈ ਵੀ ਫਾਰਮ ਹੈ ਉੱਥੇ ਜਿਹੜੇ ਜਾਨਵਰਾਂ ਦੀ ਗਿਣਤੀ ਹੈ ਇੱਕ ਲਿਮਿਟਿਡ ਸ਼ਮਤਾ 'ਚ ਹੀ ਰੱਖੇ ਜਾ ਸਕਦੇ ਹੈ, ਕਿਤੇ 200 ਮੱਝਾਂ ਰੱਖੀਆਂ ਜਾ ਸਕਦੀਆਂ ਜਾਂ ਗਾਵਾਂ, ਕਿਸੇ 300, ਵੱਧ ਤੋਂ ਵੱਧ 500 ਰੱਖ ਲਾਂਗੇ ਆਪਾਂ ਇੱਕ ਫਾਰਮ 'ਤੇ ਇੱਕ ਜਗ੍ਹਾ, ਠੀਕ ਹੈ ਜੀ, ਉਸ ਤੋਂ ਜ਼ਿਆਦਾ ਆਪਾਂ ਨੂੰ ਸਰਕਾਰੀ ਫਾਰਮਾਂ 'ਤੇ ਸਾਂਭਣੇ ਔਖੇ ਹੋ ਜਾਣਗੇ। ਉਹਦਾ ਹੱਲ ਇਹ ਕੱਢਿਆ ਗਿਆ ਕਿ ਜਦੋਂ ਆਪਾਂ ਉਹ ਫੀਲਡ ਦੇ ਵਿੱਚ ਆਲੇ ਦੁਆਲੇ ਦੇ ਸ਼ਹਿਰ ਦੇ ਯੂਨੀਵਰਸਿਟੀ ਦੇ ਆਲੇ ਦੁਆਲੇ ਦੇ ਪਿੰਡ ਚੁਣ ਲਏ, ਉਹਨਾਂ ਦੇ ਵਿੱਚ ਜਦੋਂ ਜਾ ਕੇ ਆਪਾਂ ਮਸਨੂਈ ਗਰਭਦਾਨ ਕਰਾਂਗੇ, AI ਕਰਾਂਗੇ, ਸਾਂਝ ਝੋਟੇ ਜਿਹੜੇ ਆਪਾਂ ਸਿਲੈਕਟ ਕੀਤੇ ਜੀ, ਉਹਨਾਂ ਦੀਆਂ ਜਦੋਂ ਅੱਗੇ ਧੀਆਂ ਆਣਗੀਆਂ ਉਹਨਾਂ ਦਾ ਜਾ ਕੇ ਦੁੱਧ ਰਿਕਾਰਡ ਕਰਾਂਗੇ, ਤਾਂ ਉਹਨੂੰ ਫੀਲਡ ਪ੍ਰੋਜਨੀ ਟੈਸਟਿੰਗ ਕਿਹਾ ਜਾਂਦਾ, FPT ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਥੋੜੇ ਛੋਟੇ, ਯਾਨੀ ਅਗਲੀ ਨਸਲ ਜਿਹੜੀ ਮਿੱਠਾ ਸਿੰਘ ਜੀ ਆਊਗੀ ਵੀ ਉਹਦਾ ਉਤਪਾਦਨ ਜਿਹੜਾ ਵਾ ਕਿੰਨਾ ਵਾਧਾ ਹੈ, ਕਿਸ ਹਿਸਾਬ ਉਹਦਾ ਬਣਦਾ, ਅਹਿਮੀਅਤ ਸਭ ਤੋਂ ਜ਼ਿਆਦਾ ਇਹਦੇ ਵਿੱਚ ਅਸੀਂ ਕੀ ਕਰਨਾ ਕਿ ਸਾਣ ਜਾਂ ਝੋਟੇ ਜਿਹੜੇ ਆਪਾਂ ਚੋਣ ਕਰ ਲਈ ਉਹਨਾਂ ਦੀ ਮਾਂ ਦੇ ਦੁੱਧ ਦੇ ਮੁਤਾਬਿਕ ਉਹਨਾਂ ਦੀ ਚੋਣ ਕਰ ਲਈ, ਜਿਨ੍ਹਾਂ ਦੀਆਂ ਮਾਵਾਂ ਦੇ ਦੁੱਧ ਸਭ ਤੋਂ ਜ਼ਿਆਦਾ ਸੀ ਉਹਨਾਂ ਦੇ ਅੱਗੇ ਜਿਹੜੇ ਬੱਚੇ ਸੀ ਸਾਂਝ ਝੋਟੇ ਉਹਨਾਂ ਦੀ ਚੋਣ ਕਰ ਲਈ ਆਪਾਂ, ਉਹ ਚੋਣ ਕਰ ਲਈ, ਪਰ ਜਦੋਂ ਮਾਂ ਤੋਂ ਆਪਾਂ ਉਹਦੀ ਚੋਣ ਕੀਤੀ ਤਾਂ ਅੱਗੇ ਉਹ ਧੀਆਂ ਦੇ ਵਿੱਚ ਕਿੰਨੀ ਉਹ ਦੁੱਧ ਦੀ ਸਮਰੱਥਾ ਆਉਂਦੀ ਹੈ ਉਹ ਆਪਣੀ ਫਿਰ ਪਰਖ ਦਿਖਾਉਂਦਾ, ਇਸ ਕਰਕੇ ਹੀ ਉਹਨਾਂ ਨੂੰ ਪਰਖੇ ਹੋਏ ਝੋਟੇ ਕਹਿੰਦੇ ਆ। ਇਹਦਾ ਥੋੜਾ ਜਿਹਾ ਤੁਹਾਨੂੰ ਮੈਂ ਵਿਸਥਾਰ 'ਚ ਦੱਸਦਾ ਜੀ ਜੀ, ਕਿ ਸਭ ਤੋਂ ਪਹਿਲਾਂ ਕਟਰੂ ਦਾ ਜਨਮ ਹੋਇਆ ਉਹ ਆਪਾਂ ਦੇਖ ਲਿਆ ਕਿ ਇਹਦੀ ਮਾਂ ਦਾ ਪਿਛਲੇ ਸੂਏ ਦਾ ਆਹ ਰਿਕਾਰਡ ਸੀ, ਵੱਧੋ ਵੱਧ ਦੁੱਧ ਇੰਨਾ ਸੀ, 305 ਦਿਨਾਂ ਦਾ ਜਾਂ ਸੂਏ ਦਾ ਦੁੱਧ ਇੰਨਾ ਸੀ, ਉਸ ਬੇਸਿਸ 'ਤੇ ਆਪਾਂ ਚੰਗੇ ਸਾਂਝ ਝੋਟੇ ਕਟਰੂ ਜਿਹੜੇ ਸੀਗੇ ਉਹ ਪਾਲਣੇ ਸ਼ੁਰੂ ਕਰਤੇ ਕਿ ਇਹ ਬਹੁਤ ਵਧੀਆ ਚੰਗੀਆਂ ਦੁਧਾਰੂ ਮੱਝਾਂ ਦੇ ਜਾਂ ਗਾਵਾਂ ਦੇ ਬੱਚੇ ਹਨ ਅਤੇ ਇਹਨਾਂ ਦੀ ਸਾਂਭ ਸੰਭਾਲ ਬਾਕੀ ਵੱਗ ਨਾਲੋਂ ਵੱਖ ਕਰਨੀ ਹੈ ਜੀ, ਕਿ ਇਹਨਾਂ 'ਚ ਬਿਮਾਰੀ ਘੱਟ ਆਵੇ ਅਤੇ ਤੰਦਰੁਸਤ ਰਹਿਣ, ਵਧੀਆ ਇਹਨਾਂ ਦੀ ਗਰੋਥ ਆਵੇ ਤਾਂ ਕਿ ਇਹ ਆਉਣ ਵਾਲੇ ਸਮੇਂ 'ਚ ਭਵਿੱਖ ਦੇ ਸਾਂਝ ਝੋਟੇ ਵਧੀਆ ਬਣ ਸਕਣ। ਉਹ ਆਪਾਂ ਸਾਂਝ ਝੋਟੇ ਜਦੋਂ ਪਾਲ ਲੈਂਦੇ ਹਾਂ ਤਾਂ ਉਹ ਜਦੋਂ ਸਾਂਝ ਝੋਟੇ ਦੇ ਰੂਪ 'ਚ ਆ ਕੇ ਆਪਣੀ ਏਜ 'ਤੇ ਆ ਕੇ ਜਦੋਂ ਵੀਰਜ ਦੇਣਾ ਸ਼ੁਰੂ ਕਰਦੇ ਹੈ ਉਦੋਂ ਇਹਨਾਂ ਦੀ ਦੁਬਾਰਾ ਚੋਣ ਕੀਤੀ ਜਾਂਦੀ ਹੈ। ਅੱਛਾ, ਉਦੋਂ ਇਹਨਾਂ ਦੇ ਨਸਲ ਦੇ ਗੁਣ, ਇਹਨਾਂ ਦੇ ਸਾਰੀਆਂ ਬਿਮਾਰੀਆਂ ਦੇ ਟੈਸਟ ਅਤੇ ਸੀਮਨ ਦੀ ਕੁਆਲਿਟੀ ਦੇ ਟੈਸਟ ਇਹ ਸਾਰੇ ਕੀਤੇ ਜਾਂਦੇ ਆ ਪਹਿਲਾਂ, ਜਿਹੜੇ ਉਹ ਸਾਰੇ ਟੈਸਟਾਂ 'ਚ ਪਾਸ ਹੁੰਦੇ ਹੈ ਉਹ ਫਿਰ ਅੱਗੇ ਆਪਾਂ ਸੈੱਟ ਇੱਕ ਸੈੱਟ ਬਣਾ ਲਈਦਾ ਕਿ ਆਹ 20 ਜਾਂ 25 ਝੋਟੇ ਸਾਨ ਆਪਾਂ ਚੋਣ ਕਰ ਲਈ, ਇਹਨਾਂ ਨੂੰ ਹੁਣ ਆਪਾਂ ਆਹ 200 ਪਿੰਡਾਂ ਦੇ ਵਿੱਚ ਵਰਤਾਂਗੇ
ਨਾਲ ਸਰਕਾਰੀ ਫਾਰਮਾਂ 'ਤੇ ਵਰਤਾਂਗੇ ਅਤੇ ਜਿਹੜੀਆਂ ਇਹਨਾਂ ਦੀਆਂ ਧੀਆਂ ਆਣਗੀਆਂ ਉਹਨਾਂ ਦਾ ਦੁੱਧ ਰਿਕਾਰਡ ਕਰਾਂਗੇ ਪਹਿਲੇ ਸੂਏ ਦਾ। ਉਹ ਪਹਿਲੇ ਸੂਏ ਦਾ ਦੁੱਧ ਰਿਕਾਰਡ ਕਰਕੇ ਹਰ ਸਾਂਝ ਝੋਟੇ ਦਾ ਮੁਲਾਂਕਣ ਕਰਾਂਗੇ, ਜਿਹਨੂੰ ਅਸੀਂ ਇੰਗਲਿਸ਼ ਭਾਸ਼ਾ 'ਚ ਸਾਇੰਟੀਫਿਕ ਲੈਂਗੁਏਜ 'ਚ ਬਰੀਡਿੰਗ ਵੈਲਿਊ ਕਹਿੰਦੇ ਹਾਂ। ਅੱਛਾ ਜੀ। ਉਹ ਬਰੀਡਿੰਗ ਵੈਲਿਊ ਦੇ ਹਿਸਾਬ ਨਾਲ ਜਿਹੜਾ ਸਭ ਤੋਂ ਉੱਪਰ ਸਾਂਝ ਝੋਟਾ ਆਏਗਾ ਬਰੀਡਿੰਗ ਵੈਲਿਊ 'ਚ, ਜਿਹਦੀਆਂ ਧੀਆਂ ਨੇ ਸਭ ਤੋਂ ਜ਼ਿਆਦਾ ਦੁੱਧ ਦਿੱਤਾ ਹੋਏਗਾ, ਉਹ ਅਸੀਂ ਟੌਪ ਦੇ ਜੇ 25 ਹੈ ਮੰਨ ਲਓ 3 ਝੋਟੇ ਸਿਲੈਕਟ ਕਰ ਲਾਂਗੇ, ਉਹ ਅੱਗੇ ਦੁਬਾਰਾ ਫਿਰ ਵਧੀਆ ਬਾਗ 'ਚ ਵਰਤੇ ਜਾਣਗੇ ਤਾਂ ਕਿ ਨਸਲ ਸੁਧਾਰ ਹੋਰ ਤੇਜ਼ੀ ਨਾਲ ਹੋ ਸਕੇ। ਮਤਲਬ ਹੁਣ ਉਹ ਟਾਈਮ ਨਹੀਂ ਰਿਹਾ ਵੀ ਚਲੋ ਨਾਲ ਦੇ ਪਿੰਡ 'ਚੋਂ ਮਿਲਾਪ ਕਰਾ ਲਿਆ, ਉਹ ਟਾਈਮ ਚਲਾ ਗਿਆ। ਮਿੱਠਾ ਸਿੰਘ ਜੀ, ਮਿੱਠਾ ਸਿੰਘ ਜੀ, ਮੈਂ ਮੋਟੇ ਤੌਰ 'ਤੇ ਉਹ ਹਿਸਾਬ ਲਿਆ ਜਿਵੇਂ ਖਾਨਦਾਨੀ ਵੇਖਦੇ ਵਿਆਹ ਕਰਨ ਵਾਸਤੇ ਬੰਦਿਆਂ 'ਚ, ਵੀ ਉਸੇ ਤਰੀਕੇ ਦੀ ਗੱਲ ਹੀ ਹੋ ਗਈ। ਸਹੀ ਗੱਲ ਹੈ, ਸਹੀ ਗੱਲ। ਦੇਖੋ ਗੱਲ ਇਹ ਆ, ਇਹੋ ਹੀ ਤਾਂ ਜਿਹੜੇ ਸਾਡੇ ਸਾਇੰਸਦਾਨ ਹੈ ਜਾਂ ਮਾਹਰ ਨੇ ਡਾਕਟਰ ਪੁਨੀਤ ਵਰਗੇ, ਇਹਨਾਂ ਦਾ ਵਾਧਾ ਸਾਨੂੰ ਇਹੋ ਹੀ ਆ। ਜੀ ਜੀ ਜੀ। ਅਤੇ ਡਾਕਟਰ ਸਾਹਿਬ, ਜਿਵੇਂ ਤੁਸੀਂ ਆਹ ਦੱਸਿਆ ਫੀਲਡ ਪ੍ਰੋਜਨੀ ਟੈਸਟਿੰਗ, ਨਸਲ ਸੁਧਾਰ ਦੇ ਕੋਈ ਹੋਰ ਵੀ ਤਾਂ ਤਰੀਕੇ ਹੁੰਦੇ ਹੋਣਗੇ ਵੀ ਜਿਹਨਾਂ ਦੇ ਰਾਹੀਂ ਆਪਾਂ ਨਸਲ ਹੋਰ ਬਿਹਤਰ ਕਰ ਸਕੀਏ ਜਾਂ ਸਾਡਾ ਕਿਸਾਨ ਵੀਰ ਜਿਹੜਾ ਉਹਨੂੰ ਪਤਾ ਲੱਗ ਸਕੇ ਵੀ ਆਹ ਵੀ ਤਰੀਕਾ ਹੈਗਾ, ਇਹ ਵੀ ਅਜ਼ਮਾਉਣਾ ਚਾਹੀਦਾ ਜੀ। ਹਰਪ੍ਰੀਤ ਜੀ, ਇਹਦੇ ਕਈ ਤਰੀਕੇ ਹੈਗੇ ਆ ਜੀ। ਜਿਹੜੀ ਮੈਂ ਸਭ ਤੋਂ ਪਹਿਲਾਂ ਦੱਸਿਆ ਕਿ ਆਪਾਂ ਮਾਂ ਦੇ ਦੁੱਧ ਤੋਂ ਦੇਖ ਕੇ ਚੋਣ ਕਰ ਲੈਂਦੇ ਹਾਂ ਜੀ, ਪਰ ਉਹ ਤਰੀਕਾ ਉਨਾ ਵਾਜਬ ਨਹੀਂ ਹੈਗਾ। ਉਹ ਮਾਂ ਤੋਂ ਅੱਗੇ ਪੁੱਤ ਦੇ ਵਿੱਚ ਕਿੰਨੇ ਕੁ ਦੁੱਧ ਦੇ ਗੁਣ ਆਏ ਅਤੇ ਅੱਗੇ ਜਾ ਕੇ ਜੇ ਆਪਾਂ ਉਹ ਸਾਂਝ ਝੋਟੇ ਨੂੰ ਵਰਤਿਆ ਅਤੇ ਉਹ ਕਿੰਨਾ ਕੁ ਗਰੋਥ ਆਏਗੀ, ਕਿੰਨਾ ਕੁ ਆਪਣੀ ਨਸਲ 'ਚ ਸੁਧਾਰ ਆਏਗਾ ਜਾਂ ਦੁੱਧ ਦੀ ਪੈਦਾਵਾਰ 'ਚ ਗਰੋਥ ਆਏਗੀ, ਉਹ ਆਪਾਂ ਪਹਿਲਾਂ ਨਹੀਂ ਕਹਿ ਸਕਦੇ। ਇਸ ਤੋਂ ਇਲਾਵਾ ਜੇ ਮਾਂ ਦੇ ਰਿਕਾਰਡ ਨਹੀਂ ਅਵੇਲੇਬਲ, ਉਹਨੂੰ ਆਪਾਂ ਪਡਿਗਰੀ ਕਹਿ ਦਿੰਦੇ ਹਾਂ, ਮਾਂ ਦਾਦੀ ਨਾਨੀ, ਇਹ ਆਪਾਂ ਸਾਰੇ ਰਿਕਾਰਡ ਦੇਖ ਸਕਦੇ ਹਾਂ ਜਿਹੜੀ ਜਦ ਇੱਕ ਤਰੀਕੇ ਨਾਲ ਇੱਕ ਤਰ੍ਹਾਂ ਦੀ ਪੁਰਾਣੀ ਪਿਛਲੀ ਜਦ ਹੋ ਗਈ। ਠੀਕ ਹੈ ਜੀ। ਕਿ ਜਿਵੇਂ ਆਪਾਂ ਕਹਿ ਦਿੰਦੇ ਹਾਂ ਵੀ ਇਹ ਫਲਾਣੀ ਉਹਦਾ ਨਸਲ ਦਾ ਹੈ ਅਤੇ ਉਹਦੀ ਸਾਰੀ ਅੱਗੇ 3-4 ਪੀੜ੍ਹੀਆਂ ਦੀ ਜਦ ਦੀ ਰਿਕਾਰਡ ਚੈੱਕ ਕਰ ਲਈ, ਜਿਹਦਾ ਟੈਗ ਲੱਗਦੇ ਆ ਹੁਣ। ਹਾਂਜੀ, ਟੈਗ ਲੱਗਦੇ ਆ, ਟੈਗ ਲੱਗ ਕੇ ਉਹਦੇ ਵਿੱਚ ਅੱਗੇ ਸਾਰਾ ਪੀੜ੍ਹੀ ਦਰ ਪੀੜ੍ਹੀ ਰਿਕਾਰਡ ਪਾਇਆ, ਆਧਾਰ ਕਾਰਡ ਬਣ ਜਾਂਦਾ ਜੀ, ਬਿਲਕੁਲ ਪੂਰਾ ਇਹਨਾਂ ਦਾ ਰਿਕਾਰਡ ਬਣ ਜਾਂਦਾ। ਜੀ ਜੀ। ਫਿਰ ਦੂਸਰਾ ਤਰੀਕਾ ਹੈਗਾ ਇਹਨਾਂ ਦਾ ਕਿ ਇਹਨਾਂ ਦੇ ਪਰਿਵਾਰ 'ਚ ਜਿਹੜੀਆਂ ਸਪੀਸੀਜ਼ ਦੇ ਵਿੱਚ ਦੁਧਾਰੂ ਪਸ਼ੂਆਂ 'ਚ ਤਾਂ ਪਰਿਵਾਰ ਛੋਟੇ ਰਹਿੰਦੇ ਆ, ਸਾਂਝ ਝੋਟੇ ਦੀ ਵਰਤੋਂ ਜ਼ਿਆਦਾ ਹੁੰਦੀ ਹੈ, ਫੀਮੇਲ ਘੱਟ ਹੈ, ਅਤੇ ਉਹਦੇ ਨਾਲ ਫਿਰ ਉਹਦੀਆਂ ਭੈਣਾਂ ਦਾ ਰਿਕਾਰਡ ਦੇਖਿਆ ਜਾ ਸਕਦਾ, ਉਹਦੀਆਂ ਅੱਗੇ ਮਤਰੇਈ ਭੈਣਾਂ ਦਾ ਦੇਖਿਆ ਜਾ ਸਕਦਾ ਕਿ ਮਾਵਾਂ ਸਾਈਡ ਤੋਂ ਮਾਸੀ ਸਾਈਡ ਤੋਂ ਉਹਦੀਆਂ ਧੀਆਂ ਆ ਗਈਆਂ, ਇਸ ਤਰ੍ਹਾਂ ਦੇ ਰਿਕਾਰਡ ਦੇਖੇ ਜਾ ਸਕਦੇ ਆ। ਪਰ ਜਿਹੜੇ ਆਹ ਅੱਜ ਝੋਟਾ ਖੜ੍ਹਾ ਹੈ ਅਤੇ ਇਹਦੀ ਪਿਛਲੀ ਪੀੜ੍ਹੀ ਦਾ ਜਿਹੜਾ ਆਪਾਂ ਰਿਕਾਰਡ ਦੇਖ ਰਹੇ ਹਾਂ ਉਹਦੀ ਜਿਹੜੀ ਐਕੂਰੇਸੀ ਹੈ ਉਹ ਇੰਨੀ ਨਹੀਂ ਹੈਗੀ। ਪਰ ਜਿਹੜਾ ਆਪਾਂ ਕਹਿੰਦੇ ਕਿ ਧੀਆਂ ਦਾ, ਉਹ ਬਿਲਕੁਲ ਪ੍ਰਤੱਖ ਆਪਣੇ ਸਾਹਮਣੇ ਆ ਗਿਆ ਜੀ। ਮੰਨ ਲਓ ਆਹ ਝੋਟਾ ਹੈ, ਆਪਾਂ 20 ਝੋਟੇ ਸਿਲੈਕਟ ਕੀਤੇ, ਹਰ ਦੀਆਂ 100 ਧੀਆਂ ਆ ਗਈਆਂ, 100 ਧੀਆਂ ਦੇ ਆਪਾਂ ਪਹਿਲਾਂ ਸੂਏ ਦਾ ਦੁੱਧ ਰਿਕਾਰਡ ਕਰ ਲਿਆ ਤਾਂ ਆਪਣੇ ਕੋਲ 2000 ਧੀਆਂ ਦਾ ਰਿਕਾਰਡ ਆ ਗਿਆ ਜੀ। ਤੇ ਉਹਦੇ ਨਾਲ ਐਕੂਰੇਸੀ ਕਿੰਨੀ ਵੱਧ ਗਈ, ਪਲੱਸ ਹਰ ਸਾਂਝ ਝੋਟੇ ਨੇ ਆਪਣੀ ਪ੍ਰਤੱਖਤਾ ਦਿਖਾਈ ਹੈ, ਇਸੇ ਲਈ ਉਹਨੂੰ ਪਰਖਿਆ ਹੋਇਆ ਝੋਟਾ ਕਹਿੰਦੇ ਆ। ਜਿਹੜਾ ਟੌਪ ਤੇ ਆਉਂਦਾ ਫਿਰ ਉਹਨੂੰ ਆਪਾਂ ਪਰਖਿਆ ਹੋਇਆ ਝੋਟਾ ਕਹਿੰਦੇ ਆ, ਪ੍ਰੋਜਨੀ ਟੈਸਟਡ। ਜੀ ਜੀ ਜੀ, ਪੜ੍ਹਿਆ ਲਿਖਿਆ ਕਹਿ ਦਿੰਦੇ ਆ, ਕਿਉਂਕਿ ਉਹਨੇ ਆਪਣੀ ਸ਼ਮਤਾ ਚੈਂਪੀਅਨ ਬੋਲ ਕਹਿ ਦਿੰਦੇ ਆ ਮਿੱਠਾ ਸਿੰਘ ਜੀ, ਕਿਉਂਕਿ ਉਹਨੇ ਆਪਣੀ ਸ਼ਮਤਾ ਆਪਣੇ ਧੀਆਂ ਦੇ ਰੂਪ ਦੇ ਦੁੱਧ ਦੇ ਰੂਪ ਦੇ ਵਿੱਚ ਪ੍ਰਤੱਖ ਦਿਖਾ ਦਿੱਤੀ। ਮਤਲਬ ਆਪਣੇ ਫੀਲਡ ਦਾ ਪੱਕਾ ਆ, ਪਰਖਿਆ ਹੋਇਆ ਆ। ਅੱਛਾ ਡਾਕਟਰ ਸਾਹਿਬ, ਤੁਸੀਂ ਜਿਹੜੀਆਂ ਗੱਲਾਂ ਕਰ ਰਹੇ ਹੋ ਨਾ, ਇਹ ਕਈ ਵਾਰੀ ਕੀ ਹੁੰਦਾ ਕਿ ਮੇਰੇ ਵਰਗੇ ਕਈ ਬਹੁਤੇ ਪੜ੍ਹੇ ਲਿਖੇ ਸਾਡੇ ਪਸ਼ੂ ਪਾਲਕ ਜਾਂ ਜ਼ਿਮੀਦਾਰ ਨਹੀਂ ਹੁੰਦੇ, ਹੈਨਾ, ਕੋਈ ਸਧਾਰਨ ਜੀ ਭਾਸ਼ਾ ਦੇ ਵਿੱਚ ਜਿਹੜੀ ਤੁਹਾਡੀ ਹੈਗੀ ਆ, ਕੀ ਤੁਸੀਂ ਕਹਿੰਦੇ ਹੁੰਦੇ ਹੋ FPT, ਇਹਨੂੰ ਸਧਾਰਨ ਭਾਸ਼ਾ ਦੇ ਵਿੱਚ ਥੋੜ੍ਹਾ ਜਿਹਾ ਸਾਡੇ ਪਸ਼ੂ ਪਾਲਕਾਂ ਨੂੰ ਦੱਸੋਗੇ? ਬਿਲਕੁਲ ਜੀ, ਬਿਲਕੁਲ ਜੀ। ਅੱਜ
ਆਪਣੇ ਕੋਲ ਆਹ 10 ਮੱਝਾਂ ਖੜੀਆਂ ਵਧੀਆ ਦੁੱਧ ਦੇਣ ਵਾਲੀਆਂ, ਸਾਰਿਆਂ ਦਾ ਰਿਕਾਰਡ ਵਧੀਆ, ਉਹਨਾਂ 10 ਦੇ ਅੱਗੇ ਕਟਰੂ ਸਾਰੇ ਨਾਰੀ ਆਏ ਆਪਣੇ ਕੋਲ, ਉਹ ਆਪਾਂ ਸਾਰੇ ਇੱਕ ਵਾਰੀ ਸਿਲੈਕਟ ਕਰ ਲਏ, ਟੈਂਪਰੇਰੀ ਆਰਜੀ ਤੌਰ ਤੇ ਸਿਲੈਕਟ ਕਰ ਲਏ ਕਿ ਕੱਲ ਨੂੰ ਇਹ ਫਿਊਚਰ ਦੇ ਬੁੱਲ ਸਾਂਝ ਝੋਟੇ ਬਣਨਗੇ, ਇਹਨਾਂ ਤੋਂ ਮਾਲੀ ਬਣਨਗੇ, ਇਹਨਾਂ ਤੋਂ ਆਪਾਂ ਵੀਰੇਜ ਲੈ ਕੇ ਟੀਕੇ ਬਣਾਵਾਂਗੇ ਤੇ ਮਸਨੂਈ ਗਰਭਦਾਨ ਕਰਾਂਗੇ। ਉਹਨਾਂ ਨੂੰ ਆਪਾਂ ਵਧੀਆ ਤਰ੍ਹਾਂ ਪਾਲਿਆ, ਜਦੋਂ ਉਹਨਾਂ ਦੀ ਵੀਰਜ ਦੇਣ ਦੀ ਉਮਰ ਹੋ ਗਈ, ਪਿਊਬਰਟੀ ਆ ਗਈ ਉਹਨਾਂ ਦੀ, ਤੇ ਉਹਨਾਂ ਦੇ ਆਪਾਂ ਸਾਰੇ ਬਿਮਾਰੀਆਂ ਦੇ ਟੈਸਟ, 6 ਬਿਮਾਰੀਆਂ ਹੁੰਦੀਆਂ ਇਹਨਾਂ ਦੀਆਂ, TB, JD, ਬਰੂਸੀਲੋਸਿਸ ਤੇ BVD, ਇਸ ਤਰ੍ਹਾਂ ਸਾਰੀਆਂ ਬਿਮਾਰੀਆਂ ਦੇ ਚੈੱਕ ਕਰਕੇ ਨਾਲ ਸੀਮਨ ਦੀ ਕੁਆਲਿਟੀ ਚੈੱਕ ਕਰਨੀ ਹੈ, ਤੇ ਨਾਲ ਇਹਨਾਂ ਦੇ ਸੀਮਨ ਦਾ ਸੈਂਪਲ ਤੇ ਬਲੱਡ ਸੈਂਪਲ ਚੈੱਕ ਕੀਤਾ ਜਾਂਦਾ ਹੈ। ਵੈਕਸੀਨ ਵਗੈਰਾ ਵੀ ਨਾਲ ਸਾਰੀਆਂ ਲਾ, ਵੈਕਸੀਨ ਤਾਂ ਰੂਟੀਨ 'ਚ ਹੋਣੀ ਹੈ ਨਾ, ਜਦ ਆਪਾਂ ਉਹਨਾਂ ਦੀ ਆਰਜੀ ਚੋਣ ਕਰ ਲਈ ਉਹ ਸਾਰਾ ਪ੍ਰੋਗਰਾਮ ਤਾਂ ਨਾਲ ਚੱਲਣਾ ਹੀ ਚੱਲਣਾ। ਜੀ ਜੀ ਜੀ। ਪਰ ਜਦੋਂ ਆਪਾਂ ਸੀਮਨ ਤੋਂ ਪਹਿਲਾਂ ਫਾਈਨਲ ਸਿਲੈਕਸ਼ਨ ਕਰਨੀ ਹੈ ਤਾਂ ਇਹ ਸਾਰੀ ਚੋਣ ਕਰ ਲਈ ਆਪਾਂ, ਜਦੋਂ ਸਾਰੇ ਟੈਸਟਾਂ ਦੇ ਵਿੱਚੋਂ ਪਾਸ ਕਰ ਗਿਆ ਫਿਰ ਆਪਾਂ ਉਹ ਸਾਂਝ ਝੋਟੇ ਸਿਲੈਕਟ ਕਰ ਲਏ, ਫਿਰ ਉਹਨਾਂ ਤੋਂ ਵੀਰਜ ਇਕੱਠਾ ਕੀਤਾ ਆਪਾਂ, ਟੀਕੇ ਬਣਾਏ ਤੇ ਟੀਕੇ ਨੂੰ ਆਪਾਂ ਫਾਰਮ ਤੇ ਜਿਹੜੇ ਆਲੇ ਦੁਆਲੇ ਦੇ ਆਪਣੇ ਸਿਲੈਕਟਿਡ ਪਿੰਡ ਹੈ ਜਿਹਨੂੰ ਆਪਾਂ ਫੀਲਡ ਕਿਹਾ, ਕਿਉਂਕਿ ਆਪਾਂ ਇੱਕ ਜਗ੍ਹਾ ਤੇ ਇੰਨੀਆਂ ਧੀਆਂ ਪੈਦਾ ਨਹੀਂ ਕਰ ਸਕਦੇ, ਤੇ ਜੇ ਫੀਲਡ ਦੇ ਵਿੱਚ ਕਰਨਗੇ ਤਾਂ ਹਰ ਕਿਸੇ ਦਾ ਅਲੱਗ ਅਲੱਗ ਮਾਦਾ ਹੈ, ਅਲੱਗ ਅਲੱਗ ਮਾਦਾ ਦੀ ਸਮਰੱਥਾ ਹੈ, ਅਲੱਗ ਅਲੱਗ ਉਹਦੀਆਂ ਮੈਨੇਜਮੈਂਟਲ ਪ੍ਰੈਕਟਿਸਿਸ ਹੈ, ਕੋਈ ਵੰਡ ਜ਼ਿਆਦਾ ਪਾਉਂਦਾ, ਕੋਈ ਧਾਤਾ ਦਾ ਚੂਰਾ ਪਾਉਂਦਾ, ਕੋਈ ਨਹੀਂ ਪਾਉਂਦਾ, ਕੋਈ ਰੋਜ਼ ਮੋਟਰ 'ਤੇ ਲੈ ਕੇ ਜਾਂਦਾ, ਹਰ ਦੀ ਅਲੱਗ ਪ੍ਰੈਕਟਿਸ ਹੋ ਗਈ ਨਾ, ਅਤੇ ਇਸ ਕਰਕੇ ਅਸੀਂ ਵੱਖ ਵੱਖ ਘਰਾਂ ਦੇ ਵਿੱਚ ਉਹ ਵੀਰਜ ਮਾਦਾ ਦੇ ਰੱਖਿਆ। ਫਿਰ ਉਹ 9 ਮਹੀਨੇ ਇੰਤਜ਼ਾਰ ਕੀਤਾ, 10 ਮਹੀਨੇ, ਕਿ ਜਦੋਂ ਮੱਝ ਸੂਏਗੀ ਤਾਂ ਉਹਦੇ ਕਟਰੂ ਆਇਆ ਕਿ ਉਹ ਕੱਟਾ ਆਇਆ ਕਿ ਕੱਟੀ ਆਈ, ਜੇ ਤਾਂ ਕੱਟੀ ਆ ਗਈ ਫਿਰ ਤਾਂ ਆਪਣਾ ਪ੍ਰੋਗਰਾਮ ਅੱਗੇ ਤੁਰ ਪਿਆ ਕਿ ਉਹ ਸਾਂਝ ਝੋਟੇ ਦੀ ਧੀ ਆ ਗਈ ਆਪਣੇ, ਸਮਝ ਗਿਆ ਜੀ। ਫਿਰ ਆਪਾਂ ਉਹ ਧੀ ਦੇ ਟੈਗ ਲਾ ਦੇਣਾ ਕੰਨ 'ਚ, ਜਾਗਦਿਆਂ ਦੀਆਂ ਕੱਟੀਆਂ ਦੇ, ਸੁੱਤਿਆਂ ਦੇ ਕੱਟੇ। ਫਿਰ ਉਹ ਧੀ ਦੇ ਜਦੋਂ ਆਪਾਂ ਟੈਗ ਲਾ ਤਾ, ਉਹ ਟੈਗ 'ਤੇ ਜਿਹੜਾ ਨੰਬਰ ਆ ਉਹਦੇ ਨਾਲ ਆਪਾਂ ਨੂੰ ਪਤਾ ਲੱਗ ਗਿਆ ਕਿ ਇਹਦੀ ਮਾਂ ਆ ਸੀ ਅਤੇ ਇਹ ਫਲਾਣੇ ਸਾਂਝ ਝੋਟੇ ਦੀ ਧੀ ਹੈ। ਫਿਰ ਉਹ ਧੀ ਜਦੋਂ ਪਲਦੀ ਰਹੇਗੀ ਤਾਂ ਉਸ ਤੋਂ ਬਾਅਦ ਜਦੋਂ ਉਹ ਆਸ ਲੱਗੇਗੀ ਅਤੇ ਉਹ ਸੂਏਗੀ ਫਿਰ ਆਪਾਂ ਉਹਦਾ ਦੁੱਧ ਰਿਕਾਰਡ ਕਰਨਾ ਸ਼ੁਰੂ ਕਰਨਾ। ਬਹੁਤ ਦੇਖੋ ਆਹ ਤਰੀਕਾ ਹੁੰਦਾ, ਹੁਣ ਸਮਝ ਵੀ ਆਇਆ ਸਾਨੂੰ ਵੀ ਚਾਹੇ ਕੱਟੀ ਹੋਵੇ ਕੱਟਾ ਹੋਵੇ, ਵੱਛੀ ਹੋਵੇ ਵੱਛਾ ਹੋਵੇ, ਉਹ ਅੱਗੋਂ ਅੱਛੀ ਨਸਲ ਦਾ ਹੋਏਗਾ, ਅੱਛੀ ਨਸਲ ਦਾ ਹੋਏ ਤੇ ਜਦੋਂ ਉਹ ਜਿਹੜੀ ਵੱਛੀ ਹੈ ਮਾਂ ਬਣੇਗੀ ਉਹ ਫਿਰ ਅੱਛੀ ਵੱਛੀ ਵੱਛਾ ਦੇਣਗੇ। ਬਿਲਕੁਲ ਜੀ, ਹੈ ਨਾ। ਹੁਣ ਗੱਲ ਇਹ ਆ ਵੀ ਅੱਗੇ ਪਸ਼ੂ ਖਰੀਦਣ ਜਾਈਦਾ ਹੈ ਨਾ, ਮੰਡੀਆਂ 'ਚ ਜਾਂ ਪਿੰਡਾਂ 'ਚ ਹਵਾਨਾ ਵੇਖੀ ਦਾ ਹੀ, ਹੈ ਨਾ, ਥਾਣਾ 'ਚ ਛਾਤੀ ਮਾਰੀ ਦੀ। ਹੁਣ ਸਾਨੂੰ ਸਾਰੇ ਗੁਣ ਦੇਖਣੇ, ਸਾਰੇ ਗੁਣ ਦੇਖਣੇ ਜੀ। ਜਦੋਂ ਆਪਾਂ ਸਾਂਝ ਝੋਟੇ ਦੀ ਚੋਣ ਕਰਦੇ ਹਾਂ ਨਾ, ਤਾਂ ਉਹਨਾਂ ਦਾ ਬਾਪ ਅੱਗੇ ਉਹਦੀ ਦਾਦੀ ਕਹਿ ਲਓ, ਨਾਨੀ ਕਹਿ ਲਓ, ਮਾਂ ਕਹਿ ਲਓ, ਸਾਰਿਆਂ ਦਾ ਰਿਕਾਰਡ ਦੇਖੀਦਾ ਪਹਿਲਾਂ ਜਦੋਂ ਉਹਦੀ ਚੋਣ ਕਰਨੀ ਹੈ। ਉਹਦੇ ਵਿੱਚ ਸਾਰਿਆਂ ਦੇ ਗੁਣ ਦੇਖ ਕੇ ਫਿਰ ਉਹ ਫਾਈਨਲ ਚੋਣ ਹੁੰਦੀ ਹੈ। ਉਹਦੇ ਨਸਲ ਦੇ ਗੁਣ ਵੀ ਦੇਖਣੇ ਆ, ਸਾਰਾ ਕੁਛ ਦੇਖਣਾ। ਆ ਜਿਵੇਂ ਆ ਹਰਪ੍ਰੀਤ ਹੁਣਾਂ ਨੇ ਗੱਲ ਕੀਤੀ ਆ ਵੀ ਮੁੰਡਾ ਕੁੜੀ ਵੇਖਣ ਜਾਈਏ, ਕਹਿੰਦੇ ਚੰਗਾ ਪਰਿਵਾਰ ਹੈ ਪਰ ਫੁੱਫੜ ਥੋੜ੍ਹਾ ਕੱਬਾ। ਅਤੇ ਡਾਕਟਰ ਸਾਹਿਬ, ਜਦੋਂ ਹੁਣ ਆਪਾਂ ਫੀਲਡ ਪ੍ਰੋਜਨੀ ਟੈਸਟਿੰਗ ਦੀ ਜਿਹੜੀ ਗੱਲ ਕਰਦੇ ਹਾਂ, ਹਾਂਜੀ, ਅਤੇ ਮਿਠਾ ਸਿੰਘ ਗੁਰੂਆਂ ਦਾ ਵਾਹ ਯਾਦ ਕਰ ਲਿਆ, FPT ਕਹਿਣ ਲੱਗ ਪਏ ਆ, ਇਹ FPT ਕਹਿਣ ਲੱਗ ਗਏ, ਅਤੇ ਇਹ ਫਿਰ ਕੋਈ ਅੱਗੋਂ ਇਹਦੇ ਵੱਖੋ ਵੱਖਰੇ ਕੋਈ ਪੜਾਅ ਹੁੰਦੇ ਆ ਵੀ ਕਿਸ ਤਰੀਕੇ ਨਾਲ ਆਪਾਂ ਇੱਥੋਂ ਤੱਕ ਪਹੁੰਚਣਾ ਹੈ, ਕੋਈ ਸਟੈਪ ਵਾਈਜ਼ ਜਿਹੜਾ ਵਾ ਉਹ ਵੀ ਕੋਈ ਸਾਡਾ ਕਿਸਾਨ ਜਿਹੜਾ ਉਹਨੂੰ ਆਪਾਂ ਥੋੜ੍ਹਾ ਜਾਗਰੂਕ ਕਰੀਏ ਇਹਦੇ ਮਾਮਲੇ 'ਚ? ਇਹਦੇ ਵਿੱਚ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ ਜੀ। ਜਿਹੜੇ ਆਪਾਂ ਇੰਪੋਰਟਿਡ ਕਹਿ ਦਿੰਦੇ ਹਾਂ HF ਨਸਲ ਦੇ ਬਾਹਰੋਂ ਸੀਮਨ ਆਉਂਦਾ ਜਾਂ ਜਰਸੀ ਨਸਲ ਦੇ ਟੀਕੇ ਆਉਂਦੇ ਆ ਬਾਹਰੋਂ ਸਾਨਾਂ ਦੇ ਜੀ,
ਕਿਉਂਕਿ ਮੁਰਾ ਤਾਂ ਆਪਣੇ ਕੋਲ ਹੀ ਸਭ ਤੋਂ ਵਧੀਆ ਅਤੇ ਸਭ ਤੋਂ ਜ਼ਿਆਦਾ ਗਿਣਤੀ ਵੀ ਆਪਣੇ ਕੋਲ ਹੀ ਹੈ ਪੂਰੇ ਦੁਨੀਆ ਦੇ ਵਿੱਚ, ਅਤੇ ਇਸ ਕਰਕੇ ਉਹ ਤਾਂ ਬਾਹਰੋਂ ਆਉਣ ਦੀ ਕੋਈ ਗੁੰਜਾਇਸ਼ ਹੈ ਨਹੀਂ, ਉਹ ਆਪਾਂ ਹੀ ਸੁਧਾਰ ਕਰਨਾ ਉਹਦੇ 'ਚ ਜੀ। ਅਤੇ ਜਿਹੜੇ ਆਪਾਂ ਐਚ ਐਫ ਅਤੇ ਜਰਸੀ ਦੇ ਟੀਕੇ ਬਾਹਰੋਂ ਮੰਗਾ ਰਹੇ ਹਾਂ, ਉਹਨਾਂ ਨੇ 2-2 ਲੱਖ ਧੀਆਂ ਦਾ ਦੁੱਧ ਰਿਕਾਰਡ ਕਰਕੇ ਫਿਰ ਉਹਨਾਂ ਨੂੰ ਡਿਕਲੇਅਰ ਕੀਤਾ ਹੁੰਦਾ ਸਾਂ ਇਹਨਾਂ ਨੂੰ। ਅੱਛਾ, ਕਿਉਂਕਿ ਉੱਥੇ ਨਾ ਵੱਡੇ ਫਾਰਮ ਹੈ, 1000-2000 ਪਸ਼ੂ ਇੱਕ ਫਾਰਮ 'ਤੇ ਆਮ ਹੈ, ਅਤੇ ਉਹ ਇੰਨੇ ਕੁ ਜਾਗਰੂਕ ਹੈ ਕਿ ਉਹਨਾਂ ਨੇ ਕਿਹੜੇ ਸਾਂ ਦਾ ਸੀਮਨ ਵਰਤੋਂ ਕੀਤਾ, ਜਦ ਉਹਦੀ ਧੀ ਆਉਂਦੀ ਹੈ ਤਾਂ ਉਹ ਪੂਰਾ ਰਿਕਾਰਡ ਕਰਦੇ ਆ ਅਤੇ ਦੱਸਦੇ ਆ ਸੰਸਥਾ ਨੂੰ। ਅੱਛਾ, ਉਹਨਾਂ ਦੀਆਂ ਐਸੋਸੀਏਸ਼ਨਾਂ ਬਣੀਆਂ ਹੋਈਆਂ ਸਾਰੀਆਂ, ਅਤੇ ਉਹਨਾਂ ਨੂੰ ਦੁੱਧ ਦੱਸਦੇ ਆ। ਆਪਾਂ ਨੂੰ ਇਸ ਟਾਈਮ ਇਹ ਲੋੜ ਹੈ ਕਿ ਹਰ ਕਿਸਾਨ, ਡੈਰੀ ਕਿਸਾਨ ਜਿਹੜਾ ਸੀਮਨ ਲਵਾਉਂਦਾ ਹੈ ਉਹਦਾ ਰਿਕਾਰਡ ਰੱਖੇ, ਅਤੇ ਉਹਦੀ ਜਦੋਂ ਧੀ ਆਉਂਦੀ ਹੈ ਉਹਦਾ ਰਿਕਾਰਡ ਪ੍ਰੋਪਰ ਇਨਾਫ ਜਾਂ ਕੋਈ ਵੀ ਪੋਰਟਲ ਜਿਹੜਾ ਚੱਲਦਾ, ਜਿਹੜਾ ਟੈਗ ਲੱਗਿਆ, ਜਿਹੜੀ ਵੀ ਸੰਸਥਾ ਨਾਲ ਉਹ ਜੁੜਿਆ ਉਹਨੂੰ ਪੂਰਾ ਰਿਕਾਰਡ ਦੱਸੇ, ਤਾਂ ਕਿ ਜਿਹੜਾ ਸਾਂਝ ਝੋਟਿਆਂ ਦਾ ਮੁਲਾਂਕਣ ਆ ਆਪਾਂ ਆਪਣੀ ਕੰਡੀਸ਼ਨ 'ਚ ਵਧੀਆ ਕਰ ਸਕੀਏ। ਫਿਰ ਉਹ ਜਿਹੜੇ ਟੌਪ ਦੇ ਪਰਖੇ ਹੋਏ ਸਾਂਝ ਝੋਟੇ ਆਉਣਗੇ, ਜਦੋਂ ਉਹਨਾਂ ਦੀ ਵਰਤੋਂ ਹੋਏਗੀ ਤਾਂ ਨਸਲ ਸੁਧਾਰ ਦੀ ਜਿਹੜੀ ਤੇਜ਼ੀ ਹੈ ਉਹ ਤੇਜ਼ੀ ਨਾਲ ਹੋਏਗਾ। ਕਿਆ ਬਾਤ, ਕਿਆ ਬਾਤ, ਕਿਆ ਬਾਤ। ਅੱਛਾ, ਇਹ ਤੁਸੀਂ ਜਿਹੜਾ ਜਿੱਦਾਂ ਹੁਣ ਮੈਨੂੰ ਯਾਦ ਹੋ ਗਿਆ FPT ਹੈ, ਇਹ ਤਰੀਕੇ ਤਾਂ ਹੋਰ ਵੀ ਹੈਗੇ ਆ ਬਹੁਤ ਨਸਲ ਸੁਧਾਰ ਦੇ, ਹੈ ਨਾ, ਉਹ ਵੀ ਕਈ ਤਰੀਕਿਆਂ ਨਾਲ ਹੁੰਦਾ। ਬਿਲਕੁਲ, ਪਰ ਇਹ ਬਾਕੀ ਤਰੀਕਿਆਂ ਤੋਂ ਵੱਖਰਾ ਕਿਵੇਂ ਆ ਅਤੇ ਵਧੀਆ ਕਿਉਂ? ਵੱਖਰਾ ਇਸ ਕਰਕੇ ਹੈ ਕਿ ਇਹਦੇ 'ਚ ਜੇ ਆਪਾਂ ਗਾਵਾਂ ਦੇ ਵਿੱਚ ਕਰ ਰਹੇ ਹਾਂ ਤਾਂ 5.5 ਸਾਲ ਦਾ ਵਕਵਾ, ਜੇ ਆਪਾਂ ਮੱਝਾਂ 'ਚ ਕਰ ਰਹੇ ਹਾਂ ਤਾਂ 7 ਸਾਲ ਲੱਗਦੇ ਹਾਂ ਇੱਕ ਸਾਂ ਜਾਂ ਝੋਟੇ ਨੂੰ ਡਿਕਲੇਅਰ ਕਰਨ ਨੂੰ ਕਿ ਇਹ ਪਰਖਿਆ ਹੋਇਆ ਝੋਟਾ, ਚੰਗੀ ਨਸਲ ਦਾ ਪ੍ਰੋਜਨੀ ਟੈਸਟਡ ਝੋਟਾ ਜੀ, ਜਿਹਨੂੰ ਕਹਿ ਲਈਏ ਆਪਾਂ, ਉਹ ਆਪਣਾ ਪਰਖਿਆ ਹੋਇਆ ਕਿਉਂ ਕਿਹਾ? ਕਿਉਂਕਿ ਉਹ ਆਪਣਾ ਪ੍ਰਤੱਖ ਆਪਣੀਆਂ ਧੀਆਂ ਦੇ ਦੁੱਧ ਦੀ ਸਮਰੱਥਾ 'ਚ ਦਿਖਾ ਚੁੱਕਿਆ। ਅਸੀਂ ਪਰਖਿਆ ਹੋਇਆ ਕਿਹਨੂੰ ਕਿਹਾ? ਜਿਹਦੀਆਂ ਧੀਆਂ ਦੀ ਦੁੱਧ ਦੀ ਐਵਰੇਜ ਸਭ ਤੋਂ ਵੱਧ ਸੀ ਜੀ ਜੀ। ਅਸੀਂ ਚਾਹੇ 25 ਸਿਲੈਕਟ ਕੀਤੇ ਸਟਾਰਟਿੰਗ 'ਚ, ਚਾਹੇ 30 ਝੋਟੇ ਕੀਤੇ ਜੀ, ਪਰ ਉਹਨਾਂ ਸਾਰੀਆਂ ਦੀ ਧੀਆਂ ਦਾ ਦੁੱਧ ਦਾ ਰਿਕਾਰਡ ਕੀਤਾ, ਫਿਰ ਉਸ ਤੋਂ ਬਾਅਦ ਉਹਦਾ ਕੰਪਿਊਟਰ 'ਚ ਅਨਾਲਿਸਿਸ ਕੀਤਾ, ਫਿਰ ਜਿਹੜੇ ਸਾਂਝ ਝੋਟੇ ਦੀਆਂ ਦੁੱਧ ਧੀਆਂ ਨੇ ਸਭ ਤੋਂ ਜ਼ਿਆਦਾ ਦੁੱਧ ਦਿੱਤਾ ਉਹ ਅਸੀਂ ਟੌਪ ਦੇ 3 ਝੋਟੇ ਸਿਲੈਕਟ ਕਰ ਲਏ, ਉਹਨਾਂ ਨੂੰ ਹੀ ਅਸੀਂ ਅੱਗੇ ਵਰਤਾਂਗੇ ਅਤੇ ਅੱਗੇ ਪ੍ਰਮੋਟ ਕਰਾਂਗੇ, ਝੋਟੇ ਜਾਂ ਵਿਹੜੇ ਕੋਈ ਵੀ, ਹਾਂ ਜੋ ਵੀ ਹੈ। ਬਾਕੀਆਂ ਨਾਲੋਂ ਇਹ ਅਲੱਗ ਇਸ ਕਰਕੇ ਹੈ ਕਿ ਬਾਕੀ ਅਸੀਂ ਉਹਦੀ ਜਿਹੜੀ ਪਿਛਲੀ ਪੀੜ੍ਹੀ ਸੀ ਸਾਂਝ ਝੋਟੇ ਦੀ, ਸਿਰਫ ਉਹਦਾ ਰਿਕਾਰਡ ਚੈੱਕ ਕਰ ਰਹੇ ਸੀ, ਉਹਦੇ ਤੋਂ ਅੱਗੇ ਕਿੰਨੀ ਡਿਗਰੀ ਉਹ ਪਾਸ ਹੋਇਆ ਅਗਲੀ ਪੀੜ੍ਹੀ 'ਚ ਅਸੀਂ ਕਹਿ ਨਹੀਂ ਸਕਦੇ। ਆਪਣੀ ਕਾਬਲੀਅਤ ਆਪਣੇ ਦੁੱਧ ਦੇ ਵਿੱਚ ਦਿਖਾ ਦਿੱਤੀ, ਤੇ ਇਸ ਲਈ ਜਿਹੜੀ ਉਹਦੀ ਐਕੂਰੇਸੀ ਹੈ ਉਹ ਆਪਾਂ ਨੂੰ ਸਿੱਧੀ ਦਿਖ ਰਹੀ ਹੈ। ਜਿਹੜੀ ਪਿਛਲੀ ਪੀੜ੍ਹੀ ਤੋਂ ਹੈ ਉਹ ਆਪਾਂ ਸਿਰਫ ਸਵਾਲ ਜਵਾਬ ਦੀ ਤਰ੍ਹਾਂ ਇੱਕ ਕੈਲਕੂਲੇਸ਼ਨ ਕਰਕੇ ਐਸਟੀਮੇਟ ਹੀ ਲਾ ਰਹੇ ਹਾਂ ਵੀ ਇੰਨੀ ਕੁ ਹੋਊਗੀ ਇਹਦੀ ਬਰੀਡਿੰਗ ਵੈਲਿਊ। ਡਾਕਟਰ ਸਾਹਿਬ, ਹੁਣ ਇਹਦੇ 'ਚ ਵੇਖੋ ਵੀ ਸਾਡਾ ਕਿਸਾਨ ਵੀਰ ਜਾਂ ਸਾਡਾ ਡੇਅਰੀ ਫਾਰਮਰ ਜਿਹੜਾ, ਉਹ ਇਹਦੇ ਵਿੱਚ ਕੋਈ ਯੋਗਦਾਨ ਪਾ ਸਕਦਾ? ਉਹ ਇਸ ਨਸਲ ਸੁਧਾਰ ਦੇ ਕੰਮ ਦੇ ਵਿੱਚ ਕੋਈ ਜਿਹੜਾ ਵਾ ਉਹ ਕੱਲਾ ਕੋਈ ਸਾਇੰਟਿਸਟ ਜਿਹੜਾ ਵਿਗਿਆਨੀ ਸਿਰਫ ਕਰ ਸਕਦਾ? ਨਹੀਂ, ਇਹਦੇ ਵਿੱਚ ਕਿਸਾਨ ਦਾ ਸਭ ਤੋਂ ਵੱਡਾ ਯੋਗਦਾਨ ਆ ਜੀ। ਆਪਾਂ ਪਹਿਲਾਂ ਕਹਿ ਕੇ ਚੁੱਕੇ ਹਾਂ ਕਿ ਵੱਧ ਤੋਂ ਵੱਧ ਧੀਆਂ ਰਿਕਾਰਡ ਕਰੀਏ, ਬਾਹਰਲੇ ਮੁਲਕ 2-2 ਲੱਖ ਧੀਆਂ ਦਾ ਦੁੱਧ ਰਿਕਾਰਡ ਕਰ ਰਹੇ ਹਾਂ, ਆਪਣੀ ਗਿਣਤੀ ਹਜ਼ਾਰਾਂ 'ਚ ਹੈ। ਜਦੋਂ ਕਿ ਡੈਰੀ ਕਿਸਾਨ ਆਪਣੀ ਜ਼ਿੰਮੇਵਾਰੀ ਸਮਝੇਗਾ, ਉਹਦੇ ਪਸ਼ੂ 'ਤੇ ਟੈਗ ਲੱਗਿਆ ਹੋਇਆ, ਠੀਕ ਹੈ ਜੀ, ਉਹਨੇ ਆਪਣੀ ਦੁੱਧ ਰੋਜ਼ ਰਿਕਾਰਡ ਕਰਤਾ,
ਉਹ ਇੱਕ ਪੋਰਟਲ ਦੇ ਵਿੱਚ ਚੜ੍ਹ ਗਿਆ, ਕਿਸੇ ਵੀ ਐਫ ਪੀ ਟੀ ਕਿਸੇ ਵੀ ਸੰਸਥਾ ਦਾ ਪੋਰਟਲ ਚੱਲ ਰਿਹਾ, ਚਾਹੇ ਉਹ ਇਨਾਫ ਦਾ ਚੱਲ ਰਿਹਾ, ਚਾਹੇ ਯੂਨੀਵਰਸਿਟੀ ਦਾ ਚੱਲ ਰਿਹਾ, ਚਾਹੇ ਪੰਜਾਬ ਸਰਕਾਰ ਦਾ ਚੱਲ ਰਿਹਾ। ਉਹ ਜਦੋਂ ਦੁੱਧ ਐਗਜ਼ੈਕਟ ਚੜ੍ਹਦਾ ਰਹੇਗਾ ਤਾਂ ਜਦੋਂ ਆਪਾਂ ਉਹ ਸਾਰੀਆਂ ਧੀਆਂ ਦੀ ਐਵਰੇਜ ਕੱਢਾਂਗੇ ਤਾਂ ਜਦੋਂ ਸਾਂਝ ਝੋਟੇ ਦਾ ਮੁਲਾਂਕਣ ਕਰਕੇ ਰਿਜ਼ਲਟ ਕੱਢਣਾ ਨਾ, ਉਹ ਜਿੰਨੀਆਂ ਧੀਆਂ ਦਾ ਵੱਧ ਦਾ ਰਿਕਾਰਡ ਆਪਣੇ ਕੋਲ ਆਏਗਾ ਓਨੀ ਉਹਦੀ ਸਮਰੱਥਾ, ਜਾਂ ਆਪਾਂ ਕਹਿ ਲਈਏ ਆਪਣੇ ਓਨੇ ਦਾਅਵੇ ਨਾਲ ਕਹਿ ਸਕਦੇ ਹਾਂ। ਇੱਕ ਆਪਾਂ ਕਹਿਤਾ ਕਿ ਪੰਜ ਧੀਆਂ ਦਾ ਦੁੱਧ ਰਿਕਾਰਡ ਕੀਤਾ, ਇੱਕ ਝੋਟੇ ਦੀਆਂ ਕੀਤਾ 50 ਧੀਆਂ ਦਾ, ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿਹਦੇ ਵਿੱਚ ਜ਼ਿਆਦਾ ਐਕੂਰੇਸੀ ਆਊਗੀ, ਗੁਣ ਕਿਹਦੇ 'ਚ ਜ਼ਿਆਦਾ ਹੋਣਗੇ। ਆਪਾਂ ਦਾਅਵੇ ਨਾਲ ਕਹਿ ਸਕਦੇ ਹਾਂ ਜਿਹਦੀਆਂ 50 ਦੇ ਦੁੱਧ ਦੀ ਐਵਰੇਜ ਹੋਏਗੀ ਉਹਦੇ 'ਚ ਆਪਾਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਹਾਂਜੀ ਮੈਂ 80% 90% ਕਹਿ ਸਕਦਾ ਦਾਅਵੇ ਨਾਲ ਕਿ ਇਹਦੀਆਂ ਧੀਆਂ ਆਹ ਦੁੱਧ ਦੇਣਗੀਆਂ। ਜੀ ਜੀ। ਅਤੇ ਡਾਕਟਰ ਪਨੀਰ ਜੀ, ਜਿਵੇਂ ਹੁਣ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਤੋਂ ਆਏ ਜੇ ਤੁਸੀਂ, ਹਾਂਜੀ, ਅਤੇ ਯੂਨੀਵਰਸਿਟੀ ਫਿਰ ਜਿਹੜਾ ਵਾ ਉਹ ਕਿਹੋ ਜਿਹਾ ਯੋਗਦਾਨ ਜਾਂ ਭਾਈਵਾਲ ਭੂਮਿਕਾ ਜਿਹੜੀ ਨਿਭਾ ਰਹੀ ਆ ਇਸ ਨਸਲ ਸੁਧਾਰ ਦੇ ਪ੍ਰੋਗਰਾਮ 'ਚ? ਯੂਨੀਵਰਸਿਟੀ ਦੇ ਨਾਲ ਜਿਹੜੇ ਪਿੰਡ ਜੁੜੇ ਹੋਏ ਨੇ ਜੀ ਸ਼ੁਰੂ ਤੋਂ, ਅੱਜ ਤੋਂ ਨਹੀਂ ਹੈ 25-30 ਸਾਲਾਂ ਤੋਂ ਜੁੜੇ ਹੋਏ ਆ, ਉਹਨਾਂ ਦੇ ਵਿੱਚ ਜਦੋਂ ਉਹ ਜਾ ਕੇ AI ਕਰਦੇ ਆ ਤਾਂ ਉਹ ਪ੍ਰੋਪਰ ਸਾਰੀਆਂ ਸਾਇੰਟਿਫਿਕ ਲੀਹਾਂ 'ਤੇ ਆਪਣੇ ਡੈਰੀ ਦੇ ਧੰਦੇ ਨੂੰ ਚਲਾ ਰਹੇ ਹਾਂ। ਅੱਗੇ ਨਾਲੋਂ ਉਹਨਾਂ ਦਾ ਲਾਹੇਬੰਦ ਹੋਇਆ ਕੀਤਾ, ਕਿਉਂਕਿ ਨਸਲ ਸੁਧਾਰ ਹੁੰਦਾ ਗਿਆ ਪੀੜ੍ਹੀ ਦਰ ਪੀੜ੍ਹੀ, ਅਤੇ ਉਹਨਾਂ ਨੇ ਕਈਆਂ ਨੇ ਜਾਨਵਰ ਵੱਧ ਵਧਾਏ ਵੀ ਹੈ ਗਿਣਤੀ 'ਚ ਕਿ ਵੱਡਾ ਕਰ ਲਿਆ ਫਾਰਮ, ਅਤੇ ਨਾਲ ਹੀ ਨਾਲ ਉਹ ਆਪਣੀ ਜ਼ਿੰਮੇਵਾਰੀ ਦੇ ਨਾਲ ਯੂਨੀਵਰਸਿਟੀ ਨੂੰ ਸਾਰਾ ਉਹ ਰਿਕਾਰਡ ਦਿੰਦੇ ਆ। ਅਤੇ ਯੂਨੀਵਰਸਿਟੀ ਇੱਕ ਨੈੱਟਵਰਕ ਪ੍ਰੋਜੈਕਟ ਦਾ, ਮੱਝਾਂ ਦਾ ਪ੍ਰੋਜੈਕਟ ਹੈ, ਨੈੱਟਵਰਕ ਦਾ ਪ੍ਰੋਜੈਕਟ ਵੀ ਨਾਲ ਚਲਾ ਰਹੀ ਹੈ ਅਤੇ ਉਹਦੇ ਨਾਲ ਵੀ ਹਿੱਸਾਦਾਰ ਬਣੀ ਹੋਈ ਹੈ, ਅਤੇ ਉਸ ਕਰਕੇ ਉਹ ਜਦੋਂ ਸਾਰਾ ਰਿਕਾਰਡ ਸਹੀ ਆਉਂਦਾ ਅਤੇ ਜਿੰਨੀਆਂ ਵੱਧ ਤੋਂ ਵੱਧ ਧੀਆਂ ਦਾ ਰਿਕਾਰਡ ਆਏਗਾ ਅਤੇ ਓਨੀ ਹੀ ਆਪਾਂ ਵਧੀਆ ਪਰਖੇ ਹੋਏ ਸਾਂਝ ਝੋਟੇ ਦਾ ਮੁਲਾਂਕਣ ਨਸਲ ਸੁਧਾਰ 'ਚ ਯੋਗਦਾਨ ਵੀ ਪਾ ਸਕਦੇ ਹਾਂ। ਬਹੁਤ ਵਧੀਆ ਗੱਲ ਆ ਜੀ। ਦੇਖੋ ਸਾਰੇ ਕੰਮ ਤਰੀਕੇ ਨਾਲ ਹੋ ਜਾਣ ਅਤੇ ਅਸੀਂ ਅਗਾਂਹ ਫਾਇਦੇ ਤੋਂ ਫਾਇਦੇ ਵਾਲੀ ਜਾਂ ਜੀ। ਮੌਸਮ ਸੁਣਾਓ ਜੀ। ਜਿਵੇਂ ਪਹਿਲਾਂ ਗੱਲ ਅਸੀਂ ਵਾਤਾਵਰਨ ਦੀ ਕੀਤੀ ਆ, ਇਸੇ ਤਰ੍ਹਾਂ ਮੌਸਮ ਵਿਭਾਗ ਸਾਨੂੰ ਮੌਸਮ ਦਾ ਹਾਲ ਭੇਜਦਾ ਆ। ਤਾਪਮਾਨ ਜਿਹੜਾ ਆ ਨਾ ਹਰਪ੍ਰੀਤ ਜੀ, ਪਿਛਲੇ 24 ਘੰਟਿਆਂ 'ਚ ਜਲੰਧਰ ਵੱਧ ਤੋਂ ਵੱਧ 39 ਡਿਗਰੀ ਸੈਲਸੀਅਸ ਰਿਹਾ ਅਤੇ ਘੱਟ ਤੋਂ ਘੱਟ 28 ਘਟਾਇਆ ਅੱਗੇ ਨਾਲ ਤੁਸੀਂ? ਹਾਂ ਮੈਂ ਨਹੀਂ ਘਟਾਇਆ ਜੀ। ਗੁਰਦਾਸਪੁਰ 'ਚ ਵੱਧ ਤੋਂ ਵੱਧ 41 ਅਤੇ ਘੱਟ ਤੋਂ ਘੱਟ 23, ਫਰੀਦਕੋਟ 'ਚ 40.9 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ 23.5 ਡਿਗਰੀ ਸੈਲਸੀਅਸ, ਪਟਿਆਲਾ 'ਚ ਵੱਧ ਤੋਂ ਵੱਧ 39.8 ਅਤੇ ਘੱਟ ਤੋਂ ਘੱਟ 26.1, ਅੰਮ੍ਰਿਤਸਰ 'ਚ 36.1 ਵੱਧ ਤੋਂ ਵੱਧ ਅਤੇ 25.5 ਘੱਟ ਤੋਂ ਘੱਟ, ਬਠਿੰਡਾ 'ਚ ਵੱਧ ਤੋਂ ਵੱਧ 33.6 ਅਤੇ ਘੱਟ ਤੋਂ ਘੱਟ 23 ਡਿਗਰੀ ਸੈਲਸੀਅਸ ਜਿਹੜਾ ਜੀ ਤਾਪਮਾਨ ਰਿਕਾਰਡ ਕੀਤਾ। ਮੌਸਮ ਦੇ ਬਾਰੇ ਜਿਹੜੀ ਇਤਲਾਹ ਆਈ ਆ ਸਾਨੂੰ ਇਹ ਆ ਵੀ ਮੌਸਮ 'ਚ ਕੋਈ ਖਾਸ ਚੇਤਾਵਨੀ ਨਹੀਂ ਦਿੱਤੀ ਇਹਨਾਂ ਨੇ ਮੌਸਮ ਵਿਭਾਗ ਨੇ, ਖੁਸ਼ਕ ਰਹਿਣ ਦੀ ਸੰਭਾਵਨਾ ਜਿਹੜੀ ਆ ਉਹ ਜ਼ਿਆਦਾ ਆ। ਠੀਕ ਹੈ ਜੀ। ਕਿਸਾਨ ਵੀਰੋ ਅਤੇ ਭੈਣੋ, ਤੁਸੀਂ ਵੀ ਜੇ ਸਾਨੂੰ ਕੋਈ ਕਿਸੇ ਤਰ੍ਹਾਂ ਦਾ ਸੁਝਾਅ ਦੇਣਾ ਚਾਹੁੰਦੇ ਹੋ ਸਾਨੂੰ, ਤੁਸੀਂ ਖਤ ਲਿਖੋ ਸਾਨੂੰ, ਤੁਸੀਂ ਈਮੇਲ ਵੀ ਕਰ ਸਕਦੇ ਹੋ। ਖਤ ਲਿਖਣ ਲਈ ਸਾਡਾ ਪਤਾ ਨੋਟ ਕਰ ਲਓ, ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ, DD ਪੰਜਾਬੀ, ਦੂਰਦਰਸ਼ਨ ਕੇਂਦਰ, ਭਗਵਾਨ ਮਹਾਂਵੀਰ ਮਾਰਗ, ਜਲੰਧਰ, ਪਿੰਨ ਕੋਡ 144001, ਅਤੇ ਸਾਡਾ ਈਮੇਲ ਐਡਰੈਸ ਹੈ ddpunjabijalandhar@gmail.com। ਕਿਸਾਨ ਵੀਰੋ ਅਤੇ ਭੈਣੋ, ਹੱਸਦੇ ਰਹੋ, ਵੱਸਦੇ ਰਹੋ, ਕੰਮ ਕਰੋ, ਮਿਹਨਤ ਕਰੋ। ਜਿਵੇਂ ਅੱਜ ਦੀ ਗੱਲਬਾਤ ਸਾਡੀ ਹੈ, ਇਹਦਾ ਸਾਰ ਇਹ ਨਿਕਲਦਾ ਬਈ ਇਹ ਜਿਹੜਾ ਨਸਲ ਸੁਧਾਰ ਦਾ ਕੰਮ ਹੈ ਇਹ ਸਾਡੇ ਲਈ, ਝੋਟੇ, ਸਾਨ ਇਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਅਸੀਂ ਇਸ ਧੰਦੇ ਤੋਂ ਅਗਾਂਹ ਬਹੁਤ ਜ਼ਿਆਦਾ ਫਾਇਦਾ ਲੈਣਾ ਹੈ, ਇਹਨਾਂ ਨਾਲ ਰਾਬਤਾ ਕਾਇਮ ਵੀ ਤੁਸੀਂ ਕਰ ਸਕਦੇ ਹੋ, ਯੂਨੀਵਰਸਿਟੀ ਜਾ ਕੇ ਵੀ ਮਿਲ ਸਕਦੇ ਹੋ ਤਾਂ ਕਿ ਤੁਸੀਂ ਆਪਣੀ ਆਮਦਨੀ 'ਚ ਵਾਧਾ ਕਰ ਸਕੋ। ਸੋ
ਆਪਣਾ ਅਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ, ਵੇਖਦੇ ਰਹੋ ਡੀਡੀ ਪੰਜਾਬੀ। ਹੁਣ ਸਾਨੂੰ ਇਜਾਜ਼ਤ ਦਿਓ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਅਤੇ ਜੈ ਹਿੰਦ, ਧੰਨਵਾਦ ਜੀ ਡਾਕਟਰ ਸਾਹਿਬ।